ਉਹ ਚੁੱਪ ਕਰਕੇ ਤੁਸੀਂ ਸੌਂਗੇ ਤਾਂ ਜਵਾਕ ਜਾਗਣਗੇ ਗਲਤੀ ਪ੍ਰਮਾਣ ਹੋਵੇ ਉਹ ਡਿੱਗ ਪਿਆ ਜੀ ਬਹੁਤ ਸੋਹਣੇ ਹੋ ਜੀ ਤੁਸੀਂ ਪੈ ਗਿਆ ਸਾਡੇ ਤਾਂ ਚਾਰ ਦਾਣੇ ਵੱਧ ਹੋ ਜਾਣ ਸਮਝ ਨਹੀਂ ਆਉਂਦਾ ਵੀ ਸਾਂਭਾਂਗੇ ਕਿਵੇਂ ਤੁਹਾਨੂੰ ਇੰਨੀ ਸੋਹਣੀ ਮੈਂ ਕਿਵੇਂ ਸਾਂਭ ਕੇ ਰੱਖੂੰਗਾ ਬਾਕੀ ਜਦੋਂ ਡੋਲੀ ਵਿਦਾ ਹੋਈ ਨਾ ਤੁਸੀਂ ਬਹੁਤ ਰੋਏ ਸੀ ਰੋਂਦੀਆਂ ਸਾਰੀਆਂ ਕੁੜੀਆਂ ਹੁੰਦੀਆਂ ਪਰ ਤੁਹਾਨੂੰ ਵੇਖ ਕੇ ਤਾਂ ਐਂ ਲੱਗਦਾ ਸੀ ਵੀ ਬਾਬਲਾ ਕਿੱਥੇ ਧੱਕਾ ਦਿੱਤਾ ਨਹੀਂ ਨਹੀਂ ਸੱਚੀ ਕਿਹੋ ਜਿਹੀ ਗੱਲ ਨਹੀਂ ਇਹ ਗੱਲ ਹੈ ਜੀ ਚਾਹ ਤੱਕ ਵਾਧਾ ਨਹੀਂ ਕਰਦਾ ਮੈਂ ਪਰ ਕਿੱਲਾ ਜ਼ਮੀਨ ਇੱਕ ਮੱਝ ਪੌਣੇ ਤਿੰਨ ਕਿਲੋ ਡੰਗ ਦਾ ਦੁੱਧ ਅਤੇ ਆ ਦੋ ਤਿੰਨ ਕਮਰਿਆਂ ਦੀ ਰਾਣੀ ਬਣਾ ਕੇ ਰੱਖੂੰਗਾ ਜੀ ਤੁਹਾਡੇ ਕੋਈ ਚਾਹ ਦੇ ਸ਼ੌਂਕ ਤਾਂ ਨਹੀਂ ਮੇਰੇ ਤੋਂ ਪੂਰੇ ਹੋਣੇ ਪਰ ਸੁਰਖੀ ਬਿੰਦੀ ਦੀ ਤਾਂ ਨਹੀਂ ਕਮੀ ਆਉਂਦਾ ਮੈਂ ਮੇਰਾ ਤਾਂ ਇੱਕੋ ਹੀ ਸ਼ੌਂਕ ਹੈ ਜੀ ਬਸ ਦੋ ਵਕਤੀ ਰੋਟੀ ਪਕਾਉਣ ਨੂੰ ਮਿਲ ਜਾਵੇ ਤੇ ਸੱਸ ਕੋਲੋਂ ਮਾਤਾ ਪਿਆਰ ਰੋਟੀਆਂ ਤਾਂ ਮਿਲ ਜਾਇਆ ਕਰਨਗੀਆਂ ਮਾਂ ਦਾ ਪਿਆਰ ਤਾਂ ਕਦੇ ਮੈਨੂੰ ਨਹੀਂ ਮਿਲੇ ਮਾਂ ਤੋਂ ਉਹ ਮੈਂ ਚਾਹੁੰਦਾ ਮੈਨੂੰ ਮੇਰੀ ਸੱਸ ਤੋਂ ਮਿਲ ਜੇ ਕੋਈ ਨਾ ਜੀ ਅਸੀਂ ਨੱਚ ਗਾ ਕੇ ਦਿਨ ਕੱਢ ਲਾਂਗੇ ਮੇਰਾ ਮਤਲਬ ਹੱਸ ਖੇਡ ਕੇ ਨਹੀਂ ਨੱਚ ਗਾ ਕੇ ਕਿਉਂ ਨਹੀਂ ਮੈਨੂੰ ਪਤਾ ਲੱਗਿਆ ਜੀ ਤੁਹਾਨੂੰ ਗਾਣਾ ਆਉਂਦਾ ਨਹੀਂ ਮੈਨੂੰ ਪਤਾ ਦੱਸਿਆ ਮੈਨੂੰ ਕਿਸੇ ਨੇ ਥੋੜਾ ਸੁਣਾ ਦਿਓ ਸੁਣਾ ਦਿਓ ਮੈਂ ਫਿਰ ਬੱਤੀ ਬੰਦ ਕਰਨ ਲੱਗਿਆ ਨਹੀਂ ਸੁਣਾਉਣੀ ਆ ਆ ਵੀਰਾ ਵੇ ਤੇਰੇ ਰੱਖੜੀ ਉੱਤੇ ਹਰ ਕਿਹੜਾ ਮਲਾਈ ਕਿਹੜਾ ਜਾਂਦੇ ਹੋ ਕੁਛ ਨਹੀਂ ਉਹ ਬੈਠੀ ਬੈਠੀ ਨੂੰ ਭਰਾ ਯਾਦ ਆ ਗਏ ਪਰਿਵਾਰਕ ਹੈ ਨਾ ਰਲੌਟੀ ਬਹੁਤ ਹੈ ਆਹ ਕਿਹੜਾ ਗਾਣਾ ਹੋਇਆ ਮਿਲਵਰਤਨ ਵਾਲਾ ਗਾਣਾ ਹੈ ਨੀ ਮੈਨੂੰ ਤਾਂ ਬਸ ਭੈਣਾਂ ਭਰਾਵਾਂ ਵਾਲੇ ਗਾਣੇ ਆਉਂਦੇ ਆ ਨਹੀਂ ਕੋਈ ਮਿਲਵਰਤਨ ਵਾਲਾ ਸੁਣਾ ਦਿਓ ਨਹੀਂ ਸੁਣਾ ਦਿਓ ਮੈਂ ਨਹੀਂ ਸੁਣ ਮੈਂ ਫਿਰ ਬੱਤੀ ਬੰਦ ਕਰਦਾ ਨਹੀਂ ਨਹੀਂ ਸੁਣਾਉਣੀ ਆ ਮਾਂ ਮੇਰੀ ਨੇ ਮੁੰਡਾ ਲੱਭਿਆ ਲੱਭਿਆ ਅੱਖ ਤੋਂ ਕਾਣਾ ਕੌਣ ਦਾ ਮਨ ਬਣਾ ਲਿਆ ਤੇ ਫਿਰ ਸਾਨੂੰ ਵੀ ਸੁਣਾ ਦਿਓ ਬਾਣੀਏ ਤੋਂ ਪੌਣਾ ਲੱਖ ਫੜ ਕੇ ਨਾ ਕੁੜੀ ਵਿਆਹ ਕੇ ਲਿਆਂਦੀ ਹੈ ਫੰਕਸ਼ਨ ਕਰਨ ਨੂੰ ਨਹੀਂ ਲਿਆਂਦੀ ਓ ਆ ਛੱਡ ਤੂੰ ਸਾਰਾ ਪਿੰਡ ਉੱਠ ਕੇ ਮੈਨੂੰ ਲੱਗਦਾ ਪਿੰਡਾਂ ਤਾਂ ਕਦੇ ਭਾਈ ਤੇ ਬੋਲੀ ਤੂੰ ਉੱਠੇ ਦੇ ਆਇਓ ਵੀ ਆਓ ਵੀ ਆਓ ਸਾਰੇ ਸੁਣਾਉਂਦੀ ਹੈ ਸੁਣਾ ਦੀ ਮੈਂ ਗਾਦਾ
ਅੱਛਾ ਭਾਈ ਕਹਿੰਦੇ ਬੀਬੀ ਅਮਰਜੋਤ ਕੌਰ ਤੇ ਸੁਣ ਲੈ ਸੁਣਾ ਦੇ ਸੁਣਾ ਦੇ ਮੈਂ ਨਾ ਮੈਂ ਗਾਣਾ ਆਪ ਲਿਖਿਆ ਅੱਛਾ ਲਿਖਦੀ ਵੀ ਹੂੰ ਆਪ ਲਿਖਿਆ ਤੂੰ ਲੌਂਗ ਵੇ ਮੈਂ ਲਾਚੀ ਤੇਰੇ ਪਿੱਛੇ ਆ ਗਵਾਚੀ ਤੇਰੇ ਮਾਰੀ ਕੁੜੀ ਕਾਚੇ ਦੀ ਕਵਾਰੀ ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ ਸੰਦਲੀ ਸੰਦਲੀ ਕਿੰਨਾ ਸੋਹਣਾ ਗਾਉਂਦੀ ਹੈ ਮੈਂ ਕਿਹਾ ਬੂਹਾ ਖੋਲ ਦੋ ਸੰਦਲੀ ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ ਮੁੰਡਿਆ ਬਲਬ ਫਿਊਜ਼ ਹੋ ਗਿਆ ਬੈਡ ਕਿੱਥੇ ਗਿਆ ਥੱਪਾ ਆ ਕੋਈ ਲੁਕਣ ਵਿੱਚ ਖੇਡਣ ਦੀ ਉਮਰ ਨਾ ਨਾ ਇਹ ਤਾਂ ਚੋਰ ਸਿਪਾਹੀ ਖੇਡਣ ਦੀ ਉਮਰ ਹੈ ਤੂੰ ਚੋਰ ਮੈਂ ਸਿਪਾਹੀ ਮੇਰਾ ਵਿਆਜ ਤੇਰੇ ਵਿਆਜ ਦੇ ਚੱਕਰ ਚ ਮੈਂ ਲੋਕਾਂ ਤੋਂ ਦੂਰੋਂ ਦੂਰੋਂ ਕੱਪੜੇ ਸਿਉਣ ਲਈ ਲਿਆਉਣੀ ਆ ਉੱਤੋਂ ਮੇਰੀ ਨਿਗਾਹ ਵੀ ਘੱਟ ਗਈ ਮੈਨੂੰ ਤਾਂ ਇਹ ਵੀ ਨੀ ਦੀਂਦਾ ਵੀ ਤੂੰ ਇੱਧਰ ਖੜਾ ਹੈ ਕਿ ਇੱਧਰ ਖੜਾ ਦੇ ਦਾਂਗੇ ਭੱਜ ਤਾਂ ਨਹੀਂ ਜਾਂਦੀ ਤੂੰ ਭੱਜ ਕੇ ਤਾਂ ਦਿਖਾ ਓਏ ਮੁੰਡਿਆ ਲਿਆ ਬਹੀ ਇਹਦੇ ਘਰ ਦਾ ਅੰਗੂਠਾ ਲਵਾਈਏ ਓ ਬੜੀ 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 ਮੈਂ ਆ ਗਿਆ ਆ ਗਿਆ ਆ ਗਿਆ 100 ਦੀ ਸਪੀਡ ਤੇ ਆ ਗਿਆ ਆ ਗਿਆ ਆ ਗਿਆ ਆ ਗਿਆ 100 ਦੀ ਸਪੀਡ ਤੇ ਆ ਗਿਆ 100 ਦੀ ਸਪੀਡ ਤੇ ਆ ਗਿਆ ਓਏ ਮੁੰਡਿਆ ਪਾਣੀ ਲੈ ਪਾਣੀ ਜੋਗੀ ਉੱਤਰ ਬਹਾਣੋ ਆਇਆ ਚਰਖੇ ਦੀ ਕਿਉਂ ਭਾਬੀ ਭੱਜੀ ਉਹਨੇ ਫੇਰ ਬਾਣੀ ਘੇਰ ਲਿੱਤੀ ਇੱਕ ਦਿਨ ਕੱਚ ਚ ਦੇ ਕੇ ਮਾਰੂ ਤੈਨੂੰ ਕੁੜੇ ਲਾਚੀ ਹਾਂਜੀ ਤੂੰ ਆ ਫੁੱਲ ਫਲ ਲਾਉਣੇ ਛੱਡ ਦੇ ਬਾਹਰ ਬਥੇਰੇ ਗੁਲਦਸਤੇ ਮਿਲਦੇ ਆ ਮੈਨੂੰ ਮਹੀਨਾ ਹੋ ਗਿਆ ਤੈਨੂੰ ਆਈ ਨੂੰ ਤੂੰ ਇਸ ਘਰ ਦੀ ਨੂੰਹ ਨੀ ਧੀ ਹੈ ਧੀ ਅੱਜ ਤੋਂ ਮੇਰੇ ਨਾਲ ਕੱਪੜੇ ਲੀੜੇ ਸੌਣ ਲੱਗ ਜਾ ਆਪਾਂ ਮਿਲ ਕੇ ਬਾਣੀਏ ਦਾ ਕਰਜ਼ਾ ਲਾਉਣਾ ਠੀਕ ਆ ਬੇਬੇ ਚੰਗਾ ਆ ਜੀ ਧੀਏ ਰੋਟੀ ਫੜਾ ਕੇ ਆਵਾਂ ਹਾਂ ਹਾਂ ਦੇ ਆ ਰੋਟੀ ਭੁੱਖਾ ਹੋਣਾ ਨਾਲੇ ਬਾਣੀਏ ਕਿਹੜਾ ਮਗਰੀ ਆਉਂਦਾ ਜੇ ਆਊਗਾ ਤਾਂ ਮੈਂ ਢਾ ਨਹੀਂ ਲਊਂਗੀ ਕਿਸਮਤ ਜਿੱਦਣ ਦੀ ਵਿਆਹ ਕੇ ਆਈ ਹੈ ਪੂਰੇ ਪਿੰਡ ਨੇ ਰੋਟੀ ਨਹੀਂ ਖਾਧੀ ਤੇ ਦਿਨ ਚ ਤਿੰਨ ਤਿੰਨ ਵਾਰ ਮੰਗਾਉਂਦਾ ਅਹੀ ਜੀ ਹੁੰਦੀਆਂ ਘਰ ਵਾਲੀਆਂ ਇਹਨਾਂ ਨੂੰ ਜੇ ਛਿੱਕ ਵੀ ਆ ਜਾਵੇ ਨਾ ਤਾਂ ਆਪ ਹਸਪਤਾਲ ਲੈ ਜਾਣ ਨੂੰ ਜੀ ਕਰਦਾ ਵੇਖਾ ਜ਼ਬਾਨ ਚੱਲਦੀ ਵੇ ਸ਼ਰਮ ਨਾ ਡੁੱਬ ਕੇ ਮਰ ਜਾ ਮਰ ਤਾਂ ਉਦਣੇ ਗਿਆ ਸੀ ਜਿੱਦਣ ਤੇਰੇ ਨਾਲ ਵਿਆਹ ਗਿਆ ਸੀ ਹੁਣ ਡੁੱਬਣਾ ਰਹਿ ਗਿਆ ਬਸ ਮੇਰਾ ਅਹੀ ਜੀ ਹੁੰਦੀਆਂ ਜਿਹੜੀਆਂ ਰੋਟੀ ਫੜਾ ਕੇ ਅੰਨਾ ਜਾਰੇ ਵਰਗਿਆਂ ਦਾ ਵੀ ਵਰਤੜਾ ਦਿੰਦੀਆਂ ਕੀ ਬਣਾ ਗਾਜਰਾ ਮਟਰ ਮੂੰਗੀ ਫੇਰ ਮੂੰਗੀਆਂ ਠੀਕ ਆ ਮੂੰਗੀ ਵੀ ਤਾਂ ਬਣਾਉਂਦੀ ਤੂੰ ਕੜਾਰ ਗਈ ਹੈ ਤੁਹਾਡਾ ਭਲਾ ਹੋ ਜੇ ਤੁਸੀਂ ਕਦੇ ਕਿਸੇ ਨੂੰ ਪਿਆਰ ਕੀਤਾ ਹਾਂ ਬੀਬਿਨ ਦੂਜਾ ਗੰਦਾ ਗੰਦਾ ਕਿਉਂ ਤੇ ਗੰਦਾ ਹੀ ਹੁੰਦਾ ਤੂੰ ਵੇਖਿਆ ਨੀ ਜਦੋਂ ਦੋ ਲੋਕ ਪਿਆਰ ਕਰਦੇ ਫੜ ਜਾਂਦੇ ਆ ਫਿਰ ਕਿਵੇਂ ਉਹਨਾਂ ਤੇ ਕਟਾਪਾ ਚੜਦਾ ਲੋਕ ਕਹਿੰਦੇ ਨੀ ਆ ਕੀ ਗੰਦ ਪਾਇਆ ਆ ਕੀ ਗੰਦ ਪਾਇਆ ਫਿਰ ਉਹਨਾਂ ਦੀ ਵੀਡੀਓ ਬਣਾ ਫੋਨ ਨਾਲ ਚਾੜਦੇ ਆ ਪੁਰਾਣੇ ਜ਼ਮਾਨੇ ਵਾਲਾ ਵਧੀਆ ਨਹੀਂ 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 ਪਿਆਰ ਪੁਰਾਣੇ ਜ਼ਮਾਨੇ 'ਚ ਇਹੋ ਜਿਹਾ ਹੁੰਦਾ ਸੀਗਾ ਬਸ ਉਦੋਂ ਲੋਕਾਂ ਕੋਲ ਫੋਨ ਨਹੀਂ ਹੁੰਦਾ ਸੀਗਾ ਸਾਡੇ ਚਾਚੇ ਨੇ ਵਿਚਾਰੇ ਨੇ ਜਵਾਨੀ ਵੇਲੇ ਪਿਆਰ ਹੀ ਦੇਖਦਾ ਸੀਗਾ ਇੱਕ ਦਿਨ ਫੜਿਆ ਗਿਆ ਉਹ ਦਿਨ ਗਿਆ ਆ ਗਿਆ ਅੱਜ ਵੀ ਲੱਤਾਂ ਤੱਕ ਹੱਥਾਂ ਤੋਂ ਲੈਂਦਾ ਹੁਣ ਵੀ ਕਿਤੇ ਪਿੰਡ 'ਚ ਭਾਜਰ ਪੈ ਜਾਏ ਨਾ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈਂਦੀ ਹੈ ਚਾਚੇ ਨੂੰ ਇਕੱਲੇ ਹੱਥਾਂ ਦੀ ਪੈ ਜਾਂਦੀ ਹੈ ਵਿਚਾਰਾ ਤੂੰ ਇੱਕ ਪੁੱਛ ਰਹੀ
ਤੈਨੂੰ ਕਦੇ ਕਿਸੇ ਨਾਲ ਪਿਆਰ ਹੋਇਆ? ਨਹੀਂ। ਪਰ ਜਿੰਨੀ ਸੁਣ ਤੂੰ ਹੈਗੀ ਆ ਨਾ, ਕਿਸੇ ਨਾ ਕਿਸੇ ਨੂੰ ਤਾਂ ਤੇਰੇ ਨਾਲ ਪਿਆਰ ਹੋਇਆ ਹੋਊ। ਨਹੀਂ, ਕੋਈ ਤਾਂ ਵਹਿੰਦਾ ਹੋਊ ਤੈਨੂੰ। ਵਹਿੰਦੇ ਤਾਂ ਬਥੇਰੇ ਸੀ। ਸਹੀ ਕਿਹਾ ਕਿਸੇ ਨੇ, ਘਰੇ ਬੰਦੇ ਤੋਂ ਇਹ ਨਹੀਂ ਪੁੱਛਦਾ ਹੁੰਦਾ ਵੀ ਸਫ਼ਰ ਕਿਵੇਂ ਰਿਹਾ, ਅਗਲਾ ਘਰੇ ਆ ਕੇ ਥੋੜ੍ਹੀ ਗੱਲ ਹੈ। ਪਰ ਸਾਨੂੰ ਕੁੜੀਆਂ ਨੂੰ ਆਪਦੇ ਵੱਲ ਚਾਕਦੀਆਂ ਅੱਖਾਂ ਨੂੰ ਨਾ ਦੇਖਣ ਦੀ ਆਦਤ ਪਈ ਹੁੰਦੀ ਆ। ਅੱਛੀ ਆਦਤ ਹੈ, ਫਿਰ ਠੀਕ ਹੈ। ਪਰ ਉਹ ਬੜਾ ਚਾਅ ਸੀ ਕਿ ਪਹਿਲਾਂ ਪਿਆਰ ਹੁੰਦਾ ਫਿਰ ਵਿਆਹ। ਹੁਣ ਦੁੱਖ ਹੋ ਰਿਹਾ? ਨਹੀਂ, ਅਸਲ 'ਚ ਤਾਂ ਮੈਂ ਸੋਚਦੀ ਹੁੰਦੀ ਸੀ ਕਿ ਇੱਕੋ ਤਾਂ ਜਨਮ ਆ, ਜੇ ਦੋਨੋਂ ਹੀ ਚਾਅ ਪੂਰੇ ਹੋ ਜਾਂਦੇ ਪਹਿਲਾਂ ਪਿਆਰ ਫਿਰ ਵਿਆਹ, ਅਗਲੇ ਜਨਮ 'ਚ ਕੀ ਪਤਾ ਕਿਹੜਾ ਪਸ਼ੂ ਜਾਨਵਰ ਬਣ ਜਾਣਾ। ਇਹ ਤਾਂ ਹੈ, ਉੱਥੇ ਵੀ ਕੋਈ ਚਾਅ ਪੂਰਾ ਹੋਣਾ, ਉਹਨਾਂ 'ਚ ਵਿਆਹ ਨਹੀਂ ਹੁੰਦਾ, ਉਹਨਾਂ 'ਚ ਇਕੱਲਾ ਪਿਆਰ ਹੁੰਦਾ ਜਾਨਵਰ ਕਿਸੇ ਥਾਂ ਦੇ। ਪਰ ਮੇਰਾ ਇਹ ਚਾਅ ਆਪਾਂ ਹੁਣ ਵੀ ਪੂਰਾ ਕਰ ਸਕਦੇ ਹਾਂ। ਹੁਣ ਤੂੰ ਕਿਹਦੇ ਨਾਲ ਪਿਆਰ ਕਰਨਾ? ਤੁਹਾਡੇ ਨਾਲ। ਮੇਰੇ ਨਾਲ ਕਿਵੇਂ, ਮੈਂ ਤਾਂ ਵਿਆਹ ਗਿਆ ਨਾ, ਇਹ ਸਾਰੇ ਚਾਅ ਤੂੰ ਘਰੇ ਪੂਰੇ ਕਰਕੇ ਆਉਣੇ ਸੀ। ਬਾਪੂ ਦੀ ਪੱਗ ਮੈਂ ਰੋਜ਼ ਧੋਂਦੀ ਹੁੰਦੀ ਸੀ, ਸੋਚਿਆ ਸੀ ਜਿਹਦੇ ਨਾਲ ਬਾਪੂ ਤੋਰੂਗਾ ਉਹਦੇ ਨਾਲ ਆਪਦੇ ਸਾਰੇ ਚਾਅ ਪੂਰੇ ਕਰਦੀ ਹੁੰਦੀ। ਕਿਵੇਂ ਕਰਾਂਗੇ, ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕਿਵੇਂ। ਮੰਨ ਲਓ ਅਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ, ਤੁਸੀਂ ਕੋਈ ਹੋਰ ਮੈਂ ਕੋਈ ਹੋਰ, ਆਪਾਂ ਜਾਣਦੇ ਨਹੀਂ। ਇਹ ਗੱਲਾਂ ਪਿਆਰ 'ਚ ਥੋੜ੍ਹੀ ਹੁੰਦੀਆਂ, ਇਹ ਤਾਂ ਉਧਾਰ 'ਚ ਹੁੰਦੀਆਂ। ਜਦੋਂ ਮੁੱਕਰਨਾ ਹੋਵੇ ਵੀ ਤੂੰ ਕੌਣ ਤੇ ਮੈਂ ਕੌਣ, ਮੇਰੀ ਬੇਬੇ ਨੇ ਬਹੁਤ ਕੀਤਾ ਸਾਰਾ ਕੁਛ ਕਰਕੇ ਤਾਂ ਵੇਖਦੇ ਹਾਂ। ਸਮਝੋ ਤੁਸੀਂ ਇੱਧਰ ਦੇ ਪਿੰਡ ਦੇ ਗਰੀਬ ਜੇ ਕਰਦੇ ਮੁੰਡੇ ਹੋ, ਠੀਕ ਠਾਕ ਜੇ ਦਿਸਦੇ ਹੋ, ਤੇ ਮੈਂ ਨਾਲ ਦੇ ਪਿੰਡ ਦੀ ਸੋਹਣੀ ਸੁਨੱਖੀ ਵੱਡੇ ਕਰਦੀ ਸੀ। ਅੱਛਾ, ਮੈਂ ਠੀਕ ਠਾਕ ਜੇ ਦਿਖਦਾ? ਹਾਂ, ਤੂੰ ਸੋਹਣੀ ਸੁਨੱਖੀ ਹੋ ਗਿਆ ਪਿਆਰ ਫਿਰ ਤਾਂ। ਇੰਨਾ ਫਰਕ ਤਾਂ ਹੁੰਦਾ ਹੀ ਹੈ ਨਾ। ਪਰ ਤੂੰ ਰਹੇਂਗੀ ਕਿੱਥੇ? ਰਵਾਂਗੇ ਆਪਾਂ ਆਪਣੇ ਘਰ 'ਚ, ਪਰ ਕਰਾਲਾ ਕਰਾਲੀ ਬਣ ਕੇ ਨਹੀਂ, ਅਜਨਬੀਆ ਵਾਂਗੂ। ਤੇ ਜੇ ਤੁਸੀਂ ਮੈਨੂੰ ਆਪਦੇ ਪਿਆਰ 'ਚ ਪਾ ਲਿਆ ਫਿਰ ਆਪਾਂ ਕਰਾਲਾ ਕਰਾਲੀ ਬਣ ਕੇ ਰਵਾਂਗੇ। ਜਾਂ ਮੈਨੂੰ ਪਹਿਲੇ ਸ਼ੱਕ ਜਿਹਾ ਸੀ ਵੀ ਪਤਾ ਨਹੀਂ ਆਪਣਾ ਵਿਆਹ ਸੱਚੀ ਹੋਇਆ ਕਿ ਨਹੀਂ ਹੋਇਆ। ਕਿਉਂ ਨਹੀਂ ਜਾਣਦੇ ਯਾਰ, ਆਪਾਂ ਜਾਣਦੇ ਤਾਂ ਹੈਗੇ ਆ, ਆਪਣਾ ਵਿਆਹ ਹੋਇਆ, ਆਪਣੇ ਵਿਆਹ ਦੀ ਫੋਟੋ ਵੀ ਹੈਗੀਆਂ, ਵੀਡੀਓ ਬਣੀ ਆਪਣੇ ਵਿਆਹ ਦੀ, ਕਿੰਨਾ ਸੋਹਣਾ ਲੱਗਦਾ ਜਦੋਂ ਤੂੰ ਐਂ ਕਰਕੇ ਬੈਠੀ ਹੈ ਤੇ ਪਿੱਛੇ ਗਾਣਾ ਚੱਲਦਾ ਹੈ। ਸੁਣ ਸਾਬਾ ਸੁਣ, ਆ ਪਿਆਰ ਕੀ ਧੁਨ, ਆ ਠੀਕ ਮੈਂ ਤੁਝੇ ਚੁਣ ਲਿਆ। ਮੈਂ ਨਹੀਂ ਚੁਣਦੀ, ਤੂੰ ਵੀ ਤਾਂ ਚੁਣ ਯਾਰ, ਆਨੰਦ ਕਾਰਜ ਹੋਏ ਆਪਣੇ। ਓਏ ਲਾਚੀ, ਕੀ ਆ ਯਾਰ, ਜਿੱਦਣ ਤੂੰ ਵਿਆਹ ਕੇ ਆਈ ਸੀ ਉਦਣ ਤੱਕ ਨਹੀਂ ਸੀ ਤੇਰਾ ਕੋਈ ਸ਼ੌਂਕ ਹੀ ਨਹੀਂ, ਇੱਕੋ ਸ਼ੌਂਕ ਆ ਵੀ ਤੈਨੂੰ ਦੋ ਵਕਤ ਦੀ ਰੋਟੀ ਪਕਾਉਣ ਨੂੰ ਮਿਲ ਜੇ। ਤੇਰਾ ਸ਼ੌਂਕ ਵੱਡਾ ਕਰ ਦਈਏ, ਆਪਾਂ ਰੋਟੀ ਤਿੰਨ ਵਕਤ ਦੀ ਕਰ ਦਈਏ। ਮੈਂ ਕਿਹੜਾ ਸ਼ੌਂਕ ਪੂਰਾ ਕਰਨ ਨੂੰ ਕਹਿਤਾ ਜਿਹਦੇ 'ਚ ਪੈਸੇ ਲੱਗਦੇ ਆ? ਕੀ ਸੋਹਣਾ ਚਾਹੁੰਦੀ ਮੰਗ ਲਿਆ ਮੈਂ, ਜਿਹੜੀਆਂ ਖੁਸ਼ੀਆਂ ਮੁਫ਼ਤ 'ਚ ਮਿਲ ਸਕਦੀਆਂ ਉਹ ਵੀ ਨਹੀਂ ਦੇ ਸਕਦੇ, ਜਿਹੜੀ ਖੁਸ਼ੀ ਸਾਨੂੰ ਮੁਫ਼ਤ 'ਚ ਮਿਲ ਜਾਂਦੀ ਆ ਉਹ ਸਾਨੂੰ ਖੁਸ਼ੀ ਹੀ ਨਹੀਂ ਲੱਗਦੀ। ਐਂ ਤਾਂ ਸਾਰੀਆਂ ਖੁਸ਼ੀਆਂ ਮੁਫ਼ਤ ਵੀ ਨਹੀਂ ਮਿਲਦੀਆਂ, ਜੇ ਸਾਰੀਆਂ ਖੁਸ਼ੀਆਂ ਮੁਫ਼ਤ 'ਚ ਮਿਲਦੀਆਂ ਹੁੰਦੀਆਂ ਸਾਡਾ ਪਾਪਾ ਸਾਡੇ ਨਾਲ ਨਾ ਰਹਿੰਦਾ, ਸਾਨੂੰ ਛੱਡ ਕੇ ਕਿਉਂ ਜਾਂਦਾ? ਉਹਨੇ ਕਿਹੜਾ ਸਾਡੇ ਨਾਲ ਰਹਿੰਦੇ, ਸਾਡੇ ਤੋਂ ਪੈਸੇ ਲਿਆ ਕਰਨੇ ਸੀ? ਮੈਂ ਸੁਣਿਆ ਪਾਪੇ ਬੈਂਕ ਹੁੰਦੇ ਆ, ਮੇਰੀ ਮਾਂ ਨੇ ਪਿੰਡ 'ਚ ਟੌਰ ਨਾਲ ਤੁਰਿਆ ਕਰਨਾ ਸੀ, ਸਾਨੂੰ ਵੀ ਪੜ੍ਹਾਇਆ ਲਿਖਾਇਆ ਹੁੰਦਾ। ਜੇ ਮੈਂ ਤੁਹਾਨੂੰ ਤੁਹਾਡੇ ਪਾਪੇ ਦੀ ਘਾਟ ਨਾ ਮਹਿਸੂਸ ਹੋਣ ਦੇਵਾਂ, ਚਲੋ ਅੱਜ ਤੋਂ ਬਾਅਦ ਮੈਂ ਤੁਹਾਡਾ ਪਾਪਾ, ਅੱਜ ਤੋਂ ਬਾਅਦ ਤੁਹਾਡੀ ਮਾਂ ਪਿੰਡ 'ਚ ਟੌਰ ਨਾ ਤੁਰੂ। ਮੇਰੇ ਹੁੰਦਿਆਂ ਹੋਇਆ ਤੁਸੀਂ ਕਦੇ ਉਦਾਸ ਨਹੀਂ ਹੋਵੋਗੇ। ਤੇ ਹਾਂ, ਪਰਵਾਹ ਨਾ ਕਰੀ, ਜੇ ਕਿਸੇ ਦੇ ਛਿੱਤਰ ਛਿੱਤਰ ਮਾਰਨੇ ਹੋਏ ਤਾਂ ਦੱਸੀ ਮੈਨੂੰ। ਪਾਪਾ, ਸਾਡਾ ਪਾਪਾ ਇੰਨਾ ਸੋਹਣਾ, ਸਾਡਾ ਪਾਪਾ ਇੰਨਾ ਸੋਹਣਾ ਹੁੰਦਾ ਨਾ, ਸਾਡੀ ਪਿੰਡ 'ਚ ਬਹੁਤ ਇੱਜ਼ਤ ਕਰਨੀ ਸੀ, ਲੋਕਾਂ ਨੂੰ ਸਾਨੂੰ ਘਰੇ ਬੁਲਾ ਬੁਲਾ ਕੇ ਚਾਹ ਪਿਆ ਕਰਨੀ ਸੀ। ਮੈਨੂੰ ਕਿਆ ਕਰਨਾ ਸੀ, ਉਹ ਮਹਿੰਗਿਆ ਕਦੋਂ ਤੇ ਪਾਪੇ ਨੂੰ ਤਾਂ ਲੈ ਕੇ ਆ ਭੁੱਜੀ ਨਾਲ ਚਾਹ ਪਈਏ ਤੈਨੂੰ, ਸਾਰਾ ਪਿੰਡ ਪਾਪੇ ਦੇ ਮਗਰ ਲੱਗਿਆ। ਚਲੋ ਹੁਣ ਬਹੁਤ ਹੋ ਗਿਆ ਪੁੱਤ, ਹੁਣ ਪਾਪੇ ਨੇ ਜਾ ਕੇ ਮਾਂ ਨਾਲ ਕੱਪੜੇ ਵੀ ਸਿਉਣੇ ਆ। ਚ
ਅੱਜ ਤੋਂ ਬਾਅਦ ਬਣ ਜਾਣ। ਅੱਜ ਤੋਂ ਮੈਂ ਤੈਨੂੰ ਨਹੀਂ ਜਾਣਦਾ ਤੇ ਤੂੰ ਮੈਨੂੰ ਨਹੀਂ ਜਾਣਦੀ। ਠੀਕ ਹੈ। ਕੀ ਹਾਲ ਹੈ ਪੱਠਿਆ? ਪੱਠਿਆ ਹੋ ਗਈ ਤੇਰੀ ਮਾਂ ਤੇਰੀ ਭੈਣ। ਸ਼ਰਮ ਨਹੀਂ ਆਉਂਦੀ ਰਾਹ ਜਾਂਦੀ ਕੁੜੀ ਨੂੰ ਛੇੜਦਾ ਹੈ? ਪੈਰ ਜੁੱਤੀ ਆ ਮੇਰੇ। ਆਪਦੇ ਘਰ ਨਾਲ ਕੋਈ ਇਹ ਗੱਲ ਕਰਦਾ ਹੁੰਦਾ? ਹੁਣ ਆਪਾਂ ਜਾਣ ਆ। ਹਾਂ ਬੇਬੇ, ਬਹੁਤ ਖੁਸ਼ ਆ। ਇਹਨਾਂ ਦਾ ਸਾਰਾ ਟੱਬਰ ਹੀ ਬਹੁਤ ਚੰਗਾ ਹੈ। ਪਿੰਡ 'ਚ ਨਾ ਬੜਾ ਮਾਨ ਤਾਣਾ ਇਹਨਾਂ ਦਾ। ਉਹ ਵੀ ਬਹੁਤ ਚੰਗੇ ਆ, ਬੜਾ ਹੀ ਖਿਆਲ ਰੱਖਦੇ ਆ ਮੇਰਾ। ਮੈਨੂੰ ਨਹੀਂ ਲੱਗਦਾ ਮੈਂ ਕਦੇ ਰੁਸ ਕੇ ਪੇਕੇ ਆਊਂਗੀ। ਤੇ ਜੇ ਕਦੇ ਤੁਹਾਡੀ ਯਾਦ ਆਈ ਤਾਂ ਤੁਸੀਂ ਹੈਗੇ ਆ ਮੇਰੇ ਨਾਲ। ਹਾਂ, ਦਰਿਆ ਕੱਢ ਰਹੀ ਸੀ, ਮੈਂ ਕਿਹਾ ਧੁੱਪ ਲਵਾ ਲਾਂ। ਨਾ ਇਹਨਾਂ ਕੋਲ ਹੈ ਨਹੀਂ ਨਾ ਚੱਜ ਦੀ, ਕਰਦੇ ਹਾਂ ਬਾਅਦ 'ਚ। ਸਾਡੇ ਕੋਲ ਦਰੀਆਂ ਨਹੀਂ ਚੱਜਦੀਆਂ ਤੇ ਤੂੰ ਦਰੀਆਂ 'ਚ ਬੇਬੇ ਕੋਈ, ਤੂੰ ਹੈਗੀ ਹੈ ਨਾ ਇਹ 'ਚ ਬੇਬੇ। ਕੁੜੀਆਂ ਦੀਆਂ ਗੱਲਾਂ ਤੁਸੀਂ ਨਹੀਂ ਸਮਝੋਗੇ। ਹਾਂ, ਇਸ ਕੁੜੀ ਦੀ ਤਾਂ ਮੈਂ ਕੋਈ ਵੀ ਗੱਲ ਨਹੀਂ ਸਮਝ ਪਾ ਰਿਹਾ। ਅਸਲ 'ਚ ਮੇਰੀ ਨਾਨੀ ਨਾ ਸਾਰੀਆਂ ਭੈਣਾਂ 'ਚੋਂ ਬਹੁਤ ਦੂਰ ਵਿਆਹੀ ਗਈ ਸੀ ਤੇ ਜਦੋਂ ਵੀ ਉਹਨਾਂ ਨੂੰ ਆਪਦੀ ਮਾਂ ਦੀ ਯਾਦ ਆਉਂਦੀ ਸੀ ਆਪਦੇ ਦਾਦ 'ਚੋਂ ਇਹ ਦਰੀ ਕੱਢ ਕੇ ਗੱਲ ਨੂੰ ਲਾ ਲੈਂਦੇ ਸੀ। ਫਿਰ ਉਹਨਾਂ ਨੇ ਇਹ ਦਰੀ ਮੇਰੀ ਮਾਂ ਨੂੰ ਦਿੱਤੀ। ਕਈ ਵਾਰੀ ਦੇਖਿਆ ਮਾਂ ਨੂੰ, ਇਸ ਦਰੀ ਨੂੰ ਗੱਲ ਆ ਕੇ ਤੇ ਮੈਂ ਇਹ ਦਰੀ ਆਪਦੀ ਧੀ ਨੂੰ ਦੇਵਾਂਗੀ। ਇਸ ਦਰੀ ਨੇ ਕਦੇ ਵੀ ਧੀਆਂ ਨੂੰ ਮਾਵਾਂ ਤੋਂ ਦੂਰ ਨਹੀਂ ਹੋਣ ਦਿੱਤਾ। ਕੀ ਪਤਾ ਇਧਰ ਹੀ ਮੈਂ ਆਪਣੀ ਧੀ ਨੂੰ ਦੇ ਸਕੂੰਗੀ ਕਿ ਨਹੀਂ। ਕਿਉਂ ਦੇਵਾਂਗੇ, ਆਪਾਂ ਕਿੱਡੇ ਮੜ ਥੋੜੀਆਂ। ਹਜੇ ਤਾਂ ਮੈਨੂੰ ਪਿਆਰ ਵੀ ਹੋਣਾ, ਮੇਰਾ ਵਿਆਹ ਵੀ ਹੋਣਾ, ਦੇਖਾਂਗੇ ਕੀ ਬਣਦਾ। ਦੋ ਕੁ ਮਿੰਟ ਲਈ ਮੇਰਾ ਪਾਪਾ ਕੀ ਬਣੀ, ਫਸਾ ਹੀ ਲਿਆ ਮੈਨੂੰ। ਪਤਾ ਨਹੀਂ ਮੈਂ ਆਪਣੀ ਹੋਣ ਵਾਲੀ ਧੀ ਦਾ ਪਾਪਾ ਬਣਨਾ ਕਿ ਨਹੀਂ ਬਣਨਾ। ਚਾਚਾ ਜੇ ਮੁੰਡਿਆ ਵੇ ਸਾਡੀ ਧਾਰ ਤੂੰ ਵੇਖਣੀ ਗੜਵਾ ਲੈ ਦੇ ਚਾਂਦੀ ਦਾ ਲੱਕ। ਬਸ ਬਸ ਲੱਕ ਜਾਦ ਨਹੀਂ ਚਾਚਾ, ਟੁੱਟ ਜਾਣਾ। ਸ਼ਾਬਾਸ਼ ਪਤੀਜ। ਚਾਚਾ ਇੱਕ ਗੱਲ ਪੁੱਛਣੀ ਸੀ। ਪੁੱਛ। ਤੂੰ ਪਿਆਰ ਕੀਤਾ ਸੀ ਨਾ, ਤਾਂ ਤਾਂ ਆ ਹਾਲ ਹੋਇਆ। ਸੱਚੇ ਦੁਨੀਆ ਪਿਆਰ ਦੀ ਦੁਸ਼ਮਣ, ਪਿਆਰ ਦੇ ਥੱਲੜੇ ਹਿੱਸੇ ਦੀ ਖਾਸ ਕਰਕੇ ਤੋੜ ਹੀ ਦਿੰਦੀ। ਪਰ ਤੂੰ ਕਿਉਂ ਪੁੱਛਿਆ? ਉਹੀ ਪੁੱਛਿਆ ਮੈਂ ਤਾਂ, ਮੈਂ ਰੋਟੀ ਖਾਓ ਤੁਸੀਂ। ਚਾਚਾ ਜਿਹੜਾ ਪਿਆਰ ਹੁੰਦਾ ਹੈ ਕਰਦੇ ਕਿਵੇਂ ਹੁੰਦੇ, ਮਤਲਬ ਕੁੜੀਆਂ ਨੇ ਕਿਵੇਂ ਕਹਿੰਦੇ ਹੁੰਦੇ, ਦੱਸਦੇ। ਸੁਣ, ਸਾਡੇ ਵੇਲੇ 'ਚ ਨਾ ਸਭ ਤੋਂ ਪਹਿਲਾਂ ਨਾ ਕੁੜੀ ਲੱਭਦੇ ਸਾਂ। ਅੱਛਾ। ਉਹਨੂੰ ਲੁਕ ਲੁਕ ਵੇਖਣਾ। ਅੱਛਾ। ਫਿਰ ਸਾਹਮਣੇ ਵੇਖਣਾ। ਅੱਛਾ। ਫਿਰ ਕਦੀ ਵਿਆਹ ਤੇ ਵੇਖਣਾ, ਕਿਸੇ ਛੁਹਾਰੇ ਤੇ ਵੇਖਣਾ, ਕਿਸੇ ਮਰਗ ਦੇ ਭੋਗ ਭਾਗ ਤੇ ਵੀ ਵੇਖਣਾ। ਫਿਰ ਵੇਖਦੇ ਵੇਖਦੇ ਨਾ 5 ਸਾਲ ਹੋ ਜਾਂਦੇ। ਕਿੰਨੇ? 5। 5 ਸਾਲ ਉਦੋਂ ਜਾ ਕੇ ਪਤਾ ਲੱਗਦਾ ਕੁੜੀ ਦੇ ਮਨ 'ਚ ਹੈ ਕੀ ਆ। ਫਿਰ ਕਬੂਤਰ ਦੀ ਲੋੜ ਪੈਂਦੀ। ਕਬੂਤਰ ਦੀ ਲੋੜ ਕਿਉਂ? ਗਰਮ ਹੁੰਦਾ ਤਾਂ ਕਰਕੇ, ਮਦੰਦ ਉੱਡਦਾ ਆ ਤਾਂ ਕਰਕੇ, ਚਿੱਠੇ ਚੁੱਠੇ ਫੜਾਉਣ ਲਈ। ਤੇਰੀਆਂ ਨਾ ਲੱਤਾਂ ਟੁੱਟਣੀਆਂ ਬਣਦੀਆਂ ਸੀ ਕਬੂਤਰ ਤੋਂ ਗੰਦੇ ਕਮਲੇ ਨਾਲ। Thank you.
ਵੇਖੀ ਦਾ ਹੋਰ ਕਿਵੇਂ ਵੇਖੀ ਤਾਂ ਸਾਫ਼ ਤਾਂ ਦਿਖੀ ਜਾਂਦੀ ਹੈ ਤੁਸੀਂ ਨਾ ਤੁਸੀਂ ਮੈਨੂੰ ਦੇਖੋ ਪਰ ਮੈਨੂੰ ਨਾ ਪਤਾ ਨਹੀਂ ਲੱਗਦਾ ਚਾਹੀਦਾ ਕਿ ਤੁਸੀਂ ਮੈਨੂੰ ਵੇਖ ਰਹੇ ਹੋ ਸਮਝਾ ਤਾਂ ਨਹੀਂ ਪਰ ਕਰਦਾ ਵੀ ਪਤਾ ਨਹੀਂ ਲੱਗਣਾ ਚਾਹੀਦਾ ਤੈਨੂੰ ਵੀ ਮੈਂ ਤੈਨੂੰ ਵੇਖਿਆ ਮੈਂ ਤੈਨੂੰ ਦੇਖਿਆ ਮੈਂ ਤੈਨੂੰ ਦੇਖੋ ਮੈਨੂੰ ਵੇਖੋ ਤਾਂ ਸਹੀ ਯਾਰ ਕਦੇ ਕਿੰਨੀ ਦੇਖੋ ਕਦੇ ਕਿੰਨੀ ਨਹੀਂ ਦੇਖੋ ਕਿਵੇਂ ਦੇਖਾਂ ਹੁਣ ਮੈਂ ਐਂ ਦੇਖਾਂ ਅੱਛਾ ਤੁਸੀਂ ਰਹਿਣ ਦਿਓ ਮੈਂ ਕਰਕੇ ਦਿਖਾਉਂਦੀ ਹਾਂ ਤੁਸੀਂ ਆ ਕਿੱਥੇ ਬੈਠੋ ਮੈਂ ਮੁੰਡਾ ਤੁਸੀਂ ਕੁੜੀ ਤੂੰ ਮੁੰਡਾ ਤੇ ਮੈਂ ਕੁੜੀ ਹਾਂ ਕਰੋਸ਼ਾ ਕੱਢੋ ਅੱਛਾ ਆ ਮੈਂ ਆ ਗਿਆ ਆ ਮੈਂ ਬੈਠੀ ਹਾਂ ਆ ਮੈਂ ਵੇਖਿਆ ਆ ਮੈਂ ਨਹੀਂ ਵੇਖਿਆ ਆ ਮੈਂ ਵੇਖਿਆ ਆ ਮੈਂ ਨਹੀਂ ਵੇਖਿਆ ਉਹ ਤੇਰਾ ਪਤਾ ਨਹੀਂ ਲੱਗਦਾ ਆ ਸਾਡੀਆਂ ਅੱਖਾਂ ਮਿਲੀਆਂ ਮੈਂ ਅੱਖਾਂ ਚੁਕਾ ਲਈਆਂ ਕਿਉਂ ਇਹ ਨਾ ਕੁੜੀਆਂ ਨੂੰ ਬਹੁਤ ਚੰਗਾ ਲੱਗਦਾ ਹੈ ਉਹਨਾਂ ਨੂੰ ਐਂ ਲੱਗਦਾ ਹੈ ਕਿ ਮੁੰਡੇ ਦੀ ਮਾਂ ਬਹੁਤ ਚੰਗੀ ਹੋਣੀ ਆ ਉਹਨੇ ਸਿਖਾਇਆ ਕਿ ਕੁੜੀਆਂ ਨੂੰ ਕਦੀ ਵੀ ਬੁਰੀ ਨਜ਼ਰ ਨਾਲ ਨਹੀਂ ਦੇਖਦੇ ਸਿਖਾਇਆ ਤਾਂ ਮੇਰੀ ਮਾਂ ਨੇ ਵੀ ਹੈ ਵੀ ਕੁੜੀਆਂ ਨੂੰ ਗਲਤ ਨਜ਼ਰ ਨਾਲ ਨਹੀਂ ਵੇਖੀਦਾ ਪਰ ਉਹਨੇ ਵਿਚਾਰੀ ਨੇ ਕਰ ਕਰਕੇ ਨਹੀਂ ਸਿਖਾਇਆ ਪੁੱਤ ਆਤ ਗੁੜੇਲ ਵੇਖਿਆ ਪੁੱਤ ਆਤ ਗੁੜੇਲ ਨਹੀਂ ਵੇਖਿਆ ਪੁੱਤ ਆਤ ਗੁੜੇਲ ਵੇਖਿਆ ਪੁੱਤ ਆਤ ਗੁੜੇਲ ਨਹੀਂ ਵੇਖਿਆ ਪੁੱਤ ਆਤ ਗੁੜੇਲ ਵੇਖਿਆ ਪੁੱਤ ਆਤ ਅੰਮਾ ਨੇ ਪੁੱਤ ਵੇਖ ਲਿਆ ਰੱਬਾ ਰਾਤ ਕਦੋਂ ਹੋ ਬੇਬੇ ਸੌਂ ਗਈ ਹਾਂ ਕਮਰੇ ਦੀ ਬੱਤੀ ਬੰਦ ਕਰਦੀ ਹਾਂ ਪਾਣੀ ਜੱਗ ਤਾਂ ਲਿਆ ਆ ਕੀ ਕਰ ਰਹੇ ਹੋ ਹਾਂ ਮੈਂ ਕੁੜੀ ਨੂੰ ਦੇਖਿਆ ਹਾਂ ਮੈਂ ਨਹੀਂ ਦੇਖਿਆ ਹਾਂ ਮੈਂ ਵੇਖਿਆ ਹਾਂ ਮੈਂ ਨਹੀਂ ਦੇਖਿਆ ਹਾਂ ਮੈਂ ਵੇਖਿਆ ਉਹਦੇ ਬਾਪੂ ਨੂੰ ਲਿਖ ਲਿਆ ਹਾਂ ਮੈਂ ਨਹੀਂ ਵੇਖਿਆ ਆ ਦੇਖਿਆ ਨਹੀਂ ਦੇਖਿਆ ਤੁਸੀਂ ਸੱਚੇ ਇੰਨੇ ਬੋਲੇ ਹੋ ਮੈਨੂੰ ਥੋੜ੍ਹੇ ਤੇ ਤਰਸ ਆ ਰਿਹਾ ਹੈ ਸਾਡੀ ਗੱਲ ਸ਼ੁਰੂ ਹੋ ਸਕਦੀ ਆ ਉਹ ਕਿਵੇਂ ਤੁਸੀਂ ਨਾ ਗਲਤੀ ਨਾਲ ਫੋਨ ਲਾਓ ਫਾਇਦਾ ਗੱਲ ਸ਼ੁਰੂ ਹੋ ਜੂ ਗੱਲ ਸ਼ੁਰੂ ਕਰਨੀ ਸਭ ਤੋਂ ਔਖਾ ਹੁੰਦਾ ਹੈ ਕਈ ਵਾਰ ਵਹਿੰਦੇ ਵਹਿੰਦੇ ਪੰਜ ਪੰਜ ਸਾਲ ਨਿਕਲ ਜਾਂਦੇ ਆ ਗੱਲ ਹੀ ਨਹੀਂ ਹੁੰਦੀ ਤੂੰ ਵੀ ਚਾਚੇ ਨੂੰ ਮਿਲ ਕੇ ਆਈ ਹੈ ਮੈਂ ਨਾ ਇੰਨਾ ਟਾਈਮ ਨਹੀਂ ਦੇਣਾ ਮੈਂ ਤੈਨੂੰ ਫੋਨ ਲਾਉਣ ਲੱਗਿਆ ਗਲਤੀ ਨਾਲ ਲਾਓ ਹੈਲੋ ਗਲਤ ਨੰਬਰ ਲੱਗਿਆ ਉਧਰ ਮੂੰਹ ਕਰੋ ਟਰਨ ਟਰਨ ਹੈਲੋ 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 ਕੌਣ ਤੁਸੀਂ ਕੌਣ ਬੋਲਦੇ ਆ ਤੁਸੀਂ ਫੋਨ ਲਾਇਆ ਤੁਸੀਂ ਦੱਸੋ ਮੈਂ ਜੀ ਮਹਿੰਗਾ ਬੋਲਦਾ ਕਿੰਨਾ ਕੁ ਮਹਿੰਗਾ 15 ਰੁਪਏ ਬੈਲੈਂਸ ਹੈ ਜੀ ਮੇਰੇ ਫੋਨ ਚ ਲਾ ਲਓ ਸਾਹਿਬ ਤੇਰੇ ਕੋਲ ਮੇਰਾ ਨੰਬਰ ਕਿੱਥੋਂ ਆਇਆ ਕਿੱਥੋਂ ਆਇਆ ਮੈਂ ਨਾ ਜੀ ਬੱਸ ਅੱਡੇ ਤੇ ਗਿਆ ਸੀ ਜੀ ਉੱਥੇ ਬਾਥਰੂਮ ਵਾਲੀ ਕੰਧ ਤੇ ਲਿਖਿਆ ਸੀ ਤੁਹਾਡਾ ਨੰਬਰ ਕੀ ਤਾਂ ਲਿਖਿਆ ਸੀ ਵੀ ਜੇ ਕਿਸੇ ਨੇ ਅੱਖਾਂ ਦਾਨ ਕਰਨੀ ਹੋਣ ਤਾਂ ਇਸ ਨੰਬਰ ਤੇ ਸੰਪਰਕ ਕਰੋ ਅਸੀਂ ਨਾ ਜੀ ਬੇਬੇ ਦੀਆਂ ਅੱਖਾਂ ਦਾਨ ਕਰਨੀਆਂ ਮੈਨੂੰ ਨਾ ਇਹ ਸ਼ਿਖਾ ਦੇ ਕੰਮ ਲੱਗਦੇ ਆ ਮੇਰਾ ਨੰਬਰ ਉਹਨੇ ਲਿਖਿਆ ਹੋਣਾ ਉਹ ਸਰਦੀ ਆ ਨਾ ਮੈਥੋਂ ਮੈਂ ਜ਼ਿਆਦਾ ਸੋਹਣੀ ਆ ਸ਼ਿਖਾ ਕੌਣ ਆ ਸ਼ਿਖਾ ਉਹ ਆਨੰਦ ਨਗਰੀ ਵਾਲੀ ਜੀ ਉਹ ਤਾਂ ਬੜੀ ਸੋਹਣੀ ਆ ਜੇ ਕਿਤੇ ਤੁਸੀਂ ਮੇਰੇ ਸਾਹਮਣੇ ਆ ਜਾ ਨਾ ਮੈਂ ਤੁਹਾਡੇ ਦੋਨਾਂ 'ਚ ਫੈਸਲਾ ਕਰਕੇ ਦੱਸ ਸਕਦਾ ਵੀ ਕਿਹੜੀ ਜ਼ਿਆਦਾ ਸੋਹਣੀ ਆ ਵਧੀਆ ਜਵਾਬ ਸੀ ਮੈਨੂੰ ਚੰਗੀ ਲੱਗੀ ਗੱਲ ਅੱਛਾ ਸ਼ੁਕਰ ਹੈਲੋ ਹੈਲੋ ਤੇ ਜੀ ਤੁਹਾਨੂੰ ਗੱਲ ਚੰਗੀ ਲੱਗੀ ਹੈ ਜੀ ਤਾਂ ਆਪਾਂ ਸਵੇਰੇ ਮਿਲ ਸਕਦੇ ਹਾਂ ਲੈ ਹੈ ਐਵੇਂ ਕਿਵੇਂ ਮਿਲ ਲਈ ਹੈ ਪਹਿਲਾਂ ਮੇਰੀ ਆਵਾਜ਼ ਬਾਰੇ ਤਾਂ ਕੁਛ ਕਹਿ ਕੱਟ ਕੱਟ ਕੇ ਆਉਂਦੀ ਥੋੜੀ ਆਵਾਜ਼ ਮਾੜਾ ਜਵਾਬ ਪੇਪਰ ਲੈਣ ਲੱਗੀ ਹੈ ਮੇਰੇ ਮੈਂ ਨਾ ਪਰਾਏ ਬੰਦੇ ਨਾਲ ਰੋਂਗ ਨੰਬਰ ਤੇ ਹੈਲੋ ਕੌਣ ਤੋਂ ਬਾਅਦ ਗੱਲ ਨਹੀਂ ਕਰਦੀ ਅੱਜ ਪਤਾ ਨਹੀਂ ਕਿਵੇਂ ਕਰ ਲਈ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗ ਗਈਆਂ ਤੂੰ ਨਾ ਮੈਨੂੰ ਤੰਗ ਨਾ ਕਰ ਸੁੰਦਰ ਨਗਰੀ ਸਾਡੀ ਕੋਠੀ ਆ ਕੱਲ੍ਹ ਸਵੇਰ 8:30 ਮੈਂ ਕਾਲਜ ਜਾਣਾ ਖਬਰਦਾਰ ਜੇ ਉੱਥੇ ਆਇਆ ਤਾਂ ਖਬਰਦਾਰ ਮਤਲਬ ਖਬਰਦਾਰ ਠੀਕ ਹੈ ਜੀ ਮੈਂ 8:30 ਉੱਥੇ ਨਹੀਂ ਆਉਂਦਾ ਜੀ ਸਾਢੇ ਅੱਠ
ਕੱਲ ਨੂੰ ਜਲ ਤਾਂ ਦਿਹਾੜੀ ਸੀ ਪਰ ਚਲੋ ਸ਼ਕਲੋਂ ਹੀ ਲੱਗਦਾ ਰੋਂਗ ਨੰਬਰ ਪਛਾਣਨ ਦੀ ਕੀ ਲੋੜ ਆ ਤਤਰੁਕ ਸਾਹਿਬ ਪਾਸੇ ਹੋ ਜਾ ਮੇਰੇ ਕਾਲਜ ਜਾਣ ਦਾ ਟਾਈਮ ਹੋ ਗਿਆ ਤੁਰਕੀ ਜਾਣਾ ਨਾ ਤੇ ਮੈਂ ਨਾਲ ਚੱਲਦਾ ਲਿਫਟ ਹੋ ਜਾਣੇ ਨਹੀਂ ਸਾਡੀਆਂ ਤਾਂ ਸਕੂਟਰੀਆਂ ਮੇਰੀ ਸਕੂਟਰੀ ਕਿੱਥੇ ਆ ਕਿੱਥੇ ਆ ਮੇਰੀ ਮਿਲ ਗਈ ਸਕੂਟਰੀ ਕਿੱਥੇ ਸਕੂਟਰੀ ਸਾਡੇ ਸਾਰੇ ਟੱਬਰ ਕੋਲ ਨਾ ਇੱਕ ਇੱਕ ਸਕੂਟਰੀ ਆ ਅਸੀਂ ਬਹੁਤ ਅਮੀਰ ਆ ਮੇਰੇ ਪਾਪਾ ਵੀ ਸਰਕਾਰੀ ਨੌਕਰੀ ਕਰਦੇ ਆ ਮੇਰੇ ਮੰਮਾ ਵੀ ਮੇਰਾ ਭਰਾ ਵੀ ਮੇਰੀ ਭਾਬੀ ਵੀ ਜਦੋਂ ਇਕੱਠੇ ਸਕੂਟੀਆਂ ਤੇ ਜਾਂਦੇ ਆ ਨਾ ਪਿੰਡ ਵਾਲੇ ਸਾਰੇ ਕਹਿੰਦੇ ਆ ਉਹ ਜਾਂਦਾ ਲੱਖ ਰੁਪਿਆ ਉਹ ਜਾਂਦਾ ਲੱਖ ਰੁਪਿਆ ਸਾਰੇ ਛੱਡਦੇ ਆ ਤੂੰ ਨਾ ਮੇਰੇ ਪਿੱਛੇ ਪਿੱਛੇ ਜੀਤ ਨਾ ਲੈ ਕੇ ਆਈ ਅੱਛਾ ਇਹ ਤੂੰ ਸਕੂਟਰੀ ਤੇ ਆ ਤੇ ਮੈਂ ਫਿਰ ਜੀਪ ਤੇ ਆਉਣਾ ਮੈਂ ਫਿਰ ਜੀਪ ਕੱਢ ਲਾਂਗਾ ਇੱਕ ਮਿੰਟ ਰੁਕੀ ਹੈ ਜੀਪ ਕੰਧ ਨਾ ਕੌਣ ਖੜੀ ਕਰ ਗਿਆ ਨੌਕਰ ਵੀ ਧਿਆਨ ਨਹੀਂ ਰੱਖਦੇ ਚੀਜ਼ਾਂ ਦਾ ਨਹੀਂ ਮਿੱਤਰਾਂ ਵੀ ਹੈ ਮੈਂ ਧੋ ਤੂੰ ਦਿਨਾਂ ਤੇ ਮਲੀ ਦੇਣ ਦੇ ਚਰੇ ਯਾਰ ਰਹਿੰਦੀ ਯਾਰ ਰੂਹ ਪਕੜ ਚ ਲੱਗੀ ਨੇ ਮੇਰੇ ਸੋਹਣੇ ਸਕੂਟੀ ਵਾਲਿਆ ਮੈਂ ਵੱਡੇ ਕਾਲਜ ਪੜ੍ਹਨ ਜਾ ਰਹੀ ਹਾਂ ਕੀ ਪੜ੍ਹਦੇ ਹੋ ਵੱਡੇ ਕਾਲਜ ਸਮਾਜਿਕ ਸਿੱਖਿਆ ਕੀ ਸਿੱਖਿਆ ਫਿਰ ਸਮਾਜਿਕ ਤੋਂ ਕਿ ਅਣਜਾਣ ਬੰਦੇ ਨਾਲ ਗੱਲ ਨਹੀਂ ਕਰੀਦੀ ਅਣਜਾਣ ਬੰਦੇ ਨਾਲ ਗੱਲ ਨਹੀਂ ਕਰੀਦੀ ਅਣਜਾਣ ਬੰਦੇ ਨਾਲ ਜੀਪ ਤਾਂ ਬਹਿ ਸਕਦੇ ਨਾ ਜੀਪ ਚ ਬਹਿ ਜਾ ਆ ਜਾ ਇੱਥੇ ਇੱਧਰ ਬਹਿ ਜਾਓ ਆ ਜਾ ਆ ਜਾ ਭਜਾ ਕੇ ਵਗੜੀ ਭਜਾ ਕੇ ਆਪਣੇ ਕੋਲ ਜੀਪਾਂ ਕਾਰਾਂ ਵੀ ਹੈਗੀਆਂ ਮੈਨੂੰ ਵੀ ਬਿਠਾ ਕੇ ਛੱਡ ਆਇਆ ਕਰ ਬਸ ਅੱਡੇ ਘਰੇ ਆਉਂਦਿਆਂ ਨੂੰ ਨਾ ਰੁੱਤ ਬਦਲ ਜਾਂਦੀ ਆ ਕੋਈ ਨਾ ਮੱਸਿਆ ਨਹਾਉਣ ਜਾਣਾ ਆਪਾਂ ਇਕੱਠੀ ਚੱਲਾਂਗੇ ਸਾਰਾ ਟੱਬਰ ਮੇਰੀ ਕਹਿ ਰਿਹਾ ਆਪਣੀ ਬੇਬੇ ਨੂੰ ਨਾ ਵਿੱਚ ਬਿਠਾ ਕੇ ਤੇ ਲਾਲੇ ਦੀ ਦੁਕਾਨ ਪਾਰ ਕਰਾਇਆ ਕਰ ਲਾਲੇ ਦੀ ਦੁਕਾਨ ਕਾਹਦੀ ਉਹਦੇ ਲਈ ਤਾਂ ਰਾਜਸਥਾਨ ਦਾ ਬਾਰਡਰ ਹੀ ਆ ਕੇ ਪਹੁੰਚ ਗਏ ਆਪਾਂ ਕਾਲਜ ਅੱਗੇ ਦੀਆਂ ਬੱਕਰੀਆਂ ਖੋਲੀਆਂ ਚਰਿੱਤਰ ਤੈਨੂੰ ਤੀਵੀਂ ਵਾਲੇ ਸਾਰੇ ਆਉਂਦੇ ਆ ਪਰ ਮੇਰਾ ਵਿਆਜ ਕੌਣ ਦਊਗਾ ਤੇਰੇ ਇੰਨੇ ਕੁ ਗੁੱਟੇ ਪਿੱਛੇ ਮੈਂ ਆਪਦੀ ਐਡੀ ਲੰਬੀ ਗੁੱਤ ਨਹੀਂ ਪਟਾਉਣੀ ਮੰਗਾ ਖਾਤਾ ਲਾਵਾਂ ਗੁੱਟਾ ਓਏ ਮੁੰਡਿਆ ਲਿਆ ਬਈ ਖਾਤਾ ਇਹ ਵੀ ਕੰਮ ਨਿਬੇੜ ਗਿਆ ਅੱਜ ਹੁਣ ਮੈਂ ਐਡਾ ਵੱਡਾ ਕੰਮ ਕਰਨ ਲੱਗੀ ਆ ਬੱਤਾ ਤਾਂ ਪਿਆ ਦੇ ਬੱਤਾ ਇੱਕ ਤੂੰ ਦੋ ਵੀ ਦੋ ਇਹ ਤੇ ਭੱਜ ਭੁੱਜ ਕੇ ਬਚ ਜਾਂਦੀ ਆ ਤੇ ਜੇ ਕਿਤੇ ਮੈਂ ਪੈਸੇ ਦੇਣੇ ਹੁੰਦੇ ਬਾਣੀਆਂ ਦੇ ਫੇਰ ਸ਼ੁਕਰ ਹੈ ਰੱਬਾ ਠੀਕ ਕੰਮ ਕੰਮ ਕਰਨ ਲੱਗੇ ਵਧੀਆ 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 ਹਾਂ ਐਂ ਕੰਮ ਕਰਨੇ ਆਪਾਂ ਮੈਂ ਵੀ ਦਿਹਾੜੀ ਦੂੜੀ ਕਰਿਆ ਵਾਂ ਆਪਾਂ ਮਿਲ ਕੇ ਮਾਂ ਦਾ ਹੱਥ ਫੜਾਈ ਹੈ ਠੀਕ ਹੈ ਹਾਂ ਕਿਹੜੀ ਦਿਹਾੜੀ ਤੇ ਤੂੰ ਸਾਡੇ ਕਾਲਜ ਦੀ ਕੰਟੀਨ 'ਚ ਕੀ ਕਰ ਰਿਹਾ ਹੈ ਕੰਟੀਨ ਹਾਂ ਦਿੱਤਾ ਨਹੀਂ ਆ ਮੇਰੀਆਂ ਕਿਤਾਬਾਂ ਨੇ ਮੇਰੀ ਕਾਫੀ ਵੀ ਠੰਡੀ ਹੋ ਗਈ ਅੱਛਾ 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 ਉਹ ਮੱਝਾਂ ਨਹੀਂ ਉਹ ਤੁਸੀਂ ਮੈਡਮਾਂ ਲਈਆਂ ਬਰਗਰਾਂ ਦੇ ਤੂੰ ਨਾ ਮੈਨੂੰ ਤੰਗ ਨਾ ਕਰ ਤੈਨੂੰ ਪਤਾ ਮੇਰੇ ਪੇਪਰ ਆ ਰਹੇ ਨੇ ਤੇ ਮੰਮੀ ਪਾਪਾ ਨੇ ਕਿਹਾ ਜੇ ਇਸ ਵਾਰ ਮੈਂ ਫੇਲ ਹੋ ਗਈ ਤਾਂ ਉਹਨਾਂ ਨੇ ਮੇਰਾ ਵਿਆਹ ਕਰਾ ਦੇਣਾ ਤੂੰ ਮੇਰੇ ਨਾਲ ਵਿਆਹ ਤਾਂ ਕਰਾ ਆ ਮੈਂ ਤੈਨੂੰ ਨਾਲੇ ਲਈ ਕਿਤਾਬਾਂ ਤੋਂ ਮੁਕਤੀ ਦਵਾਵਾਂ ਤੇਰੇ ਨਾਲ ਵਿਆਹ ਕਰਾਉਣ ਤੋਂ ਚੰਗਾ ਕਿ ਮੈਂ ਫੇਲ ਹੀ ਹੋ ਜਾਵਾਂ ਪੁਰਾਣੇ ਯੁੱਗ ਦੀ ਕੁੜੀ ਬਣਾ ਮਾਂ ਪਿਓ ਜਿੱਥੇ ਕਹਿਣਗੇ ਕਿਸੇ ਵੱਡੇ ਜੀ ਘਰ 'ਚ ਵਿਆਹ ਕਰਾਵਾਂ ਤੇਰੀ ਵੱਡੇ ਘਰ ਦੀ ਬੜੀ ਗਰਾਰੀ ਅਸੀਂ ਵੀ ਵੱਡੇ ਘਰਾਂ ਦੇ ਕਾਕੇ ਹੁੰਦੇ ਆ ਦਿਹਾੜੀ ਤੈਨੂੰ ਤਾਂ ਸ਼ੌਂਕ ਨੂੰ ਲਈ ਦੇਗੇ
ਬਾਣੀ ਨੇ ਬਾਣੀਏ ਜਦੋਂ ਮੇਰਾ ਬਾਪੂ ਪਿੰਡ ਚਲਾਉਂਦਾ ਨਾ ਸਾਰਾ ਪਿੰਡ ਮੇਰੇ ਬਾਪੂ ਨੂੰ ਬਾਂਸਲ ਜੀ ਕਰਦਾ ਸਲੂਟ ਮਾਰਦਾ ਹੈ ਮੇਰੇ ਬਾਪੂ ਕੋਲ 100-100 ਦੇ 1000 ਨੋਟ ਹੋਣੇ ਆ ਸਾਰੇ ਪਿੰਡ ਨੂੰ ਕਰਜ਼ਾ ਦਿੰਦਾ ਮੇਰਾ ਬਾਪੂ ਕੋਈ ਬੁੜਾ ਹੋਵੇ ਬੁੜੀ ਹੋਵੇ ਮੇਰੇ ਬਾਪੂ ਸਾਹਮਣੇ ਥਰ ਥਰ ਕਰਕੇ ਲੱਗਦੇ ਆ ਇੱਕ ਬੁੜੀ ਤਾਂ ਮਾਰ ਨਹੀਂ ਕੀਤੀ ਮੇਰੇ ਬਾਪੂ ਨੇ ਸੋਨੇ ਚਾਂਦੀ ਚ ਬਣਾਵਾ ਤੈਨੂੰ ਮੈਂ ਇਹਨੂੰ ਸੋਨੇ ਚਾਂਦੀ ਚ ਬਣਾਵਾ ਉਧਰ ਬਾਣੀਆਂ ਨੇ ਮੇਰੀ ਗੁੱਤ ਗਲੇ ਲੰਗੂ ਪੱਟ ਦੇ ਕੋਈ ਚਾਹ ਨਾਲ ਸਮੋਸੇ ਛਕਣੇ ਹੁਣ ਮੱਸਿਆਂ ਨੂੰ ਹੋਟਲ ਆ ਮਰ ਗਿਆ ਤਾਂ ਦੂਜਾ ਕਰਜ਼ੇ ਚੜਾਉਂਦਾ ਫਿਰਦਾ ਵੇਲਣਾ ਆ ਚੰਗੀ ਘਰੀ ਕੁੜੀ ਸਾਨੂੰ ਵੀ ਵਿਗਾੜ ਕੇ ਰੱਖਦਾ ਪਤਾ ਨੀ ਕੀ ਕਰਾਉਂਦਾ ਰਹਿੰਦਾ ਸਾਰਾ ਦਿਨ ਨੀ ਕੁੜੀਏ ਜਮਰੇ ਆਪਦੇ ਆਪਦੀ ਭੂਆ ਨੂੰ ਮਿਲਿਆ ਉਹਨੂੰ ਦਿਓ ਜਾ ਕੇ ਧੋਖਾ ਸੀ ਆਪ ਤਾਂ ਮਰ ਗਿਆ ਮੇਰੇ ਮਗਰ ਲਾ ਗਿਆ ਇਹ ਉਤਰੂ ਬੇਬੀ ਤੂੰ ਹਮ ਤੁਮ ਕਮਰੇ ਚ ਬੰਦ ਹੋ ਬਾਹਰ ਬੇਬੇ ਬੈਠੀ ਹੋਵੇ ਬੈਠੀ ਹੋਵੇ ਠੀਕ ਹੈ ਵਿਚਾਰੀ ਬੇਹੋਸ਼ ਨਾ ਹੋ ਗਈ ਹੋਵੇ ਤੂੰ ਇੱਥੇ ਕੀ ਕਰ ਰਿਹਾ ਦੀਪ ਤੋਂ ਡਰਦਾ ਹੈ ਤੂੰ ਸਾਡੇ ਕਾਲਜ ਦੇ ਹਾਲ ਚ ਵੀ ਆ ਗਿਆ ਇੰਨੀ ਦੂਰ ਆ ਗਿਆ ਆਪਾਂ ਇੱਥੇ ਸਾਡੀ ਗਿੱਧੇ ਦੀ ਪ੍ਰੈਕਟਿਸ ਚੱਲ ਰਹੀ ਹੈ ਹਾਂਜੀ ਮੈਡਮ ਜੀ ਆ ਗਈ ਤੇਰੇ ਜਿਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ ਤੇਰਾ ਮੇਰਾ ਮਿਲਦਾ ਨਾ ਮੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਚ ਹੀ ਆਵਾਂ ਵੇਚ ਮੁੰਡਿਆ ਤੈਨੂੰ ਮੋਗੇ ਦੀ ਮਨ ਕੀ ਚੀਜ਼ ਹੈ ਤੂੰ ਬਹੁਤ ਸ਼ੌਕ ਆ ਨਾ ਤੂੰ ਨੱਚਣ ਦਾ ਗਾਉਣ ਦਾ ਨਾਟਕ ਕਰਨ ਦਾ ਆਪਣੇ ਘਰ ਵੀ ਨੱਚਦੇ ਰਹਿੰਦੇ ਸੀ ਨੱਚਣਾ ਤਾਂ ਹੁਣ ਨੱਚ ਲੈ ਘਰੇ ਜਾ ਕੇ ਨਾ ਚੁੱਲ੍ਹੇ ਚ ਲੱਤ ਮਾਰੀ ਮਤਲਬ ਮੈਂ ਤੈਨੂੰ ਸਵਾਲ ਕੀਤਾ ਤੂੰ ਅੱਗੋਂ ਮੈਨੂੰ ਬਜ਼ਾਰ ਤੋਂ ਪਾ ਗਈ ਹੈ ਵਿਆਹਾਂ ਤੇ ਨੱਚਦੀ ਸੀ ਤੂੰ ਫੰਕਸ਼ਨ ਕਰਦੀ ਰਹੀ ਹੈ ਰਿਸ਼ਤੇਦਾਰਾਂ ਦੇ ਵਿਆਹ ਵੀ ਹੁੰਦੇ ਆ ਉਹ ਖਾਸ ਬਸ ਉਹੀ ਤਾਂ ਇੱਕ ਜਗ੍ਹਾ ਹੈ ਜਿੱਥੇ ਕੁੜੀਆਂ ਬੁੜੀਆਂ ਨੱਚ ਨੱਚ ਕੇ ਆਪਦੇ ਦਿਲ ਦੀ ਭੜਾਸ ਕਰਦੀਆਂ ਨੇ ਉੱਥੇ ਪੈਂਦੀ ਆ ਇਹ ਬੋਲੀ ਨੱਚਣਾ ਤਾਂ ਹੁਣ ਨੱਚ ਲੈ ਘਰੇ ਜਾ ਕੇ ਨਾ ਚੁੱਲ੍ਹੇ 'ਚ ਲੱਤ ਮਾਰੀ ਉੱਥੇ ਨਾ ਬਾਪੂ ਰੋਕਦਾ ਨਾ ਭਰਾ ਨਾ ਚਾਚਾ ਤੁਸੀਂ ਤਾਂ ਵੇਖਿਆ ਹੀ ਹੋਣਾ ਜਨਾਨੀਆਂ ਕਿਵੇਂ ਨੱਚ ਨੱਚ ਕੇ ਪਾਗਲ ਹੋ ਜਾਂਦੀਆਂ ਨੇ ਇਸ ਬੋਲੀ ਕਰਕੇ ਆਪਦੇ ਸਾਰੇ ਚਾਅ ਪੂਰੇ ਕਰ ਲੈਂਦੀਆਂ ਨੇ ਮੈਂ ਗਰੀਬ ਜਿਹਾ ਬੰਦਾ ਤੈਨੂੰ ਸੋਨੇ ਚਾਂਦੀ 'ਚ ਤਾਂ ਨਹੀਂ ਮੜਾ ਸਕਦਾ ਪਰ ਇੰਨਾ ਜ਼ਰੂਰ ਹੈ ਤੂੰ ਇਹ ਸਮਝ ਲਾ ਕਿ ਤੂੰ ਇਸ ਘਰ 'ਚ ਵਿਆਹ ਕਿ ਨਹੀਂ ਵਿਆਹ ਤਾਂ ਹੀ ਮਿਲਣਾ ਤੂੰ ਇੱਕ ਘਰ ਘਰ ਨੂੰ ਮੈਰਿਜ ਪਲਸ ਹੈ ਬੇਬੇ ਬੇਬੇ ਨੂੰ ਬੇਬੇ ਡੀਜੇ ਵਾਲੀ ਹੈ ਨੱਚਣਾ ਨੱਚ ਚੁੱਲ੍ਹੇ 'ਚ ਲੱਤ ਮਾਰ ਚੁੱਲ੍ਹੇ 'ਚ ਲੱਤ ਮਾਰ ਜੋ ਮਰਜ਼ੀ ਕਰ ਤੈਨੂੰ ਕੋਈ ਨਹੀਂ ਰੁਕੂਗਾ ਤੁਹਾਨੂੰ ਪਤਾ ਮੈਂ ਸੋਚਦੀ ਹੁੰਦੀ ਸੀ ਕਿ ਕਰਦਿਆਂ ਨੇ ਮੇਰੇ ਨਾਲ ਲਾਚੀ ਕਿਉਂ ਰੱਖਿਆ ਸ਼ਾਇਦ ਤੁਹਾਡੇ ਵਰਗਾ ਲੌਂਗ ਮਿਲਣਾ ਸੀ ਲੌਂਗ ਕਿਉਂ ਮੇਰਾ ਰੰਗ ਕਾਲਾ ਤਾਂ ਕਰਕੇ
ਖੁਸ਼ ਰੱਖਦਾ ਉਹਨੂੰ। ਸਾਰਾ ਦਿਨ ਹੱਸਦੇ ਖੇਡਦੇ ਰਹਿੰਦੇ ਆ। ਜੇ ਮੈਂ ਮਹਿੰਗੇ ਦੀ ਜਗ੍ਹਾ ਹੁੰਦਾ ਮੈਂ ਕਿਹੜਾ ਘੱਟ ਖੁਸ਼ ਰੱਖਣਾ ਸੀ। ਮੈਂ ਤਾਂ ਸਗੋਂ ਇੱਥੇ ਕੰਧ ਕਢਾ ਲੈਣੀ ਸੀ ਤਾਂ ਕਿ ਸਾਨੂੰ ਪਿਆਰ ਕਰਦੇ ਨੇ ਕੋਈ ਕੰਜਰ ਦੇਖੇ ਨਾ। ਵਧੀਆ ਖਬਰ ਦੇਵਾ, ਤੁਸੀਂ ਨਾ ਮੈਨੂੰ ਚੰਗੇ ਲੱਗਣ ਲੱਗ ਪਏ ਸੀ, ਪਰ ਮੇਰੇ ਮਾਪੇ ਮੈਨੂੰ ਬਾਹਰ ਭੇਜ ਦਿੰਦੇ ਆ ਕੈਨੇਡਾ ਪੜ੍ਹਾਈ ਲਈ। ਚਾਹ 2 ਸਾਲ ਲੱਗਣਗੇ। ਚਾਹ ਮੇਰਾ ਜਹਾਜ਼ ਆ ਗਿਆ। ਜਹਾਜ਼ ਤੁਰ ਕੇ ਅਸੀਂ ਗੱਲ ਸੁਣ। ਹਾਂ, ਜਹਾਜ਼ ਚੋਂ ਹੱਥ ਨਾ ਬਾਹਰ ਕੱਢੀ। ਚੰਗਾ ਜੀ, ਚੰਗਾ। ਤੂੰ ਸਾਰੀ ਬਾਹਰ ਤੁਰੀ ਫਿਰਦੀ ਹੈ, ਤੂੰ ਗਈ ਨਹੀਂ? ਮੈਂ ਤਾਂ 2 ਸਾਲ ਬਾਅਦ ਆਈ ਹਾਂ, ਤੂੰ ਹਜੇ ਇੱਥੇ ਹੀ ਖੜਾ। ਅੱਛਾ, ਬਸ ਆਈ ਹੈ। ਜੱਟ ਜਿੱਥੇ ਖੜ ਗਿਆ ਖੜ ਗਿਆ, ਪਰ ਮੈਂ ਉੱਥੇ ਖੜੀ ਨਹੀਂ ਰਹੀ। ਉੱਥੇ ਨਾ ਮੈਂ ਪੜ੍ਹ ਰਹੀ ਸੀ ਤੇ ਫਿਰ ਕੰਮ ਕਰਨ ਲੱਗ ਪਈ। ਕੰਮ ਤੇ ਨਾ ਮੈਨੂੰ ਇੱਕ ਮੁੰਡਾ ਮਿਲ ਗਿਆ ਸੀ, ਉਹਨੂੰ ਮੈਂ ਚੰਗੀ ਲੱਗਣ ਲੱਗ ਪਈ। ਉਹਨੇ ਆਪਦੇ ਮਾਂ ਪਿਓ ਨਾਲ ਮੇਰੇ ਰਿਸ਼ਤੇ ਦੀ ਗੱਲ ਕੀਤੀ। ਅਸੀਂ ਦੋਨੋਂ ਹੀ ਵੱਡੇ ਘਰ ਤੋਂ ਆ ਨਾ, ਦੋਨੋਂ ਕੋਲ ਸਵਿਫਟ ਆ। ਉਹ ਮੇਰੇ ਮਾਂ ਪਿਓ ਨੇ ਹਾਂ ਕਰਤੀ, ਮੈਂ ਉਹਨਾਂ ਦੇ ਹਾਂ ਦੇ ਸਾਹਮਣੇ ਚੁੱਪ ਹੋ ਗਈ। ਚੁੱਪ ਹੋ ਗਈ ਤੇ ਮੇਰੇ ਬਾਰੇ ਨਹੀਂ ਸੋਚਿਆ? ਮੈਂ ਚੁੱਪ 'ਚ ਤੇਰੇ ਬਾਰੇ ਹੀ ਸੋਚ ਰਹੀ ਸੀ। ਕੀ ਸੋਚ ਰਹੀ ਸੀ? ਸੋਚਿਆ ਤੈਨੂੰ ਸਮਝਾ ਲੂੰਗੀ, ਜੱਟ ਸਮਝ ਜੂਗਾ। ਉਹ ਕਹਿੰਦਾ ਜੱਟ ਜਿਹੜਾ ਸਮਝ ਗਿਆ, ਤੂੰ ਆਪਦੇ ਮਾਂ ਪਿਓ ਨੂੰ ਸਮਝਾਉਂਦੀ ਨਾ। ਕੀ ਕਰਦੀ, ਮੁੰਡਾ ਵੀ ਠੀਕ ਲੱਗਿਆ ਸੀਗਾ, ਨਹੀਂ ਤਾਂ ਕੋਈ ਬਹਾਨਾ ਮਾਰ ਦਿੰਦੀ। ਮੁੰਡਾ ਵੀ ਠੀਕ ਲੱਗਿਆ ਤੈਨੂੰ? ਹਾਂ, ਰਹਿੰਦੀ ਆਪਾਂ ਨਾਟਕ। ਨਹੀਂ 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 ਨਹੀਂ, ਇਹ ਨਾਟਕ ਹੀ ਹੈ, ਤੈਨੂੰ ਮੁੰਡੇ ਠੀਕ ਲੱਗਣ ਲੱਗੇ। ਨਾ ਨਾ ਨਾ, ਬਸ ਬਹੁਤ ਹੋ ਗਿਆ, ਤੂੰ ਘਰ ਜਾ ਕੇ ਸਾਗ ਨਾ, ਜੇ ਸਵਾਦ ਨਾ ਬਣੇ ਨਾ ਤਾਂ ਬਣਦਾ ਕੀ ਹੈ ਫਿਰ? ਇੰਨਾ ਗੁੱਸਾ ਕਿਉਂ ਕਰਦੇ ਹੋ? ਨਾਲੇ ਤੁਸੀਂ ਆਪ ਵੀ ਤਾਂ ਕਿਹਾ ਸੀ ਕਿ ਤੂੰ ਇਸ ਘਰ 'ਚ ਮਿਲ ਲੈਣਾ, ਭਾਵੇਂ ਨੱਚ ਭਾਵੇਂ ਚੁੱਲ੍ਹੇ 'ਚ ਲੱਤ ਮਾਰ। ਹਾਂ ਤੇ ਚੁੱਲ੍ਹੇ 'ਚ ਲੱਤ ਮਾਰ, ਮੇਰੇ 'ਚ ਕਿਉਂ ਮਾਰਦੀ ਹੈ? ਮੈਂ ਤੰਦੂਰ ਆ? ਨਹੀਂ ਨਹੀਂ, ਇਹ ਸਭ ਨਹੀਂ ਹੋਣਾ, ਨਾਟਕ ਹੀ ਤਾਂ ਸੀਗਾ। ਜੇ ਕੋਈ ਵੀ ਚੀਜ਼ ਸੌਖੀ ਮਿਲ ਜਾਂਦੀ ਹੈ ਨਾ, ਉਹਦੀ ਕਦਰ ਨਹੀਂ ਹੁੰਦੀ। ਮੈਂ ਤਾਂ ਕਹਿ ਰਹੀ ਸੀ ਕਿ ਨਾਟਕ 'ਚ ਮੈਂ ਉਹਦੇ ਨਾਲ ਘੁੰਮਦੀ, ਫਿਲਮਾਂ ਵੇਖਦੀ ਤੇ ਤੁਸੀਂ ਸ਼ਰਾਬ ਪੀ ਪੀ ਕੇ ਉਹ ਗਾਣੇ ਗਾਉਣੇ ਸੀ। ਜੇ ਉਂਝ ਡਿੱਗਦੀ ਤਾਂ ਚੱਕ ਲੈਂਦੇ, ਨਜ਼ਰਾਂ ਤੋਂ ਗਿਰ ਗਈ ਕੀ ਕਰੀਏ, ਜਾਂ ਉਹ ਵੀ ਗਾਣਾ ਨਾ, ਕੀੜੇ ਪੈਣਗੇ ਮਰੇਂਗੀ ਸੱਪ ਲੜ ਕੇ, ਮਿੱਤਰਾਂ ਨੂੰ ਧੋਖਾ ਦੇਣੀ ਹੈ। ਬਸ ਇੰਨਾ ਕੀ ਕੰਮ ਸੀ? ਜੇ ਉਂਝ ਡਿੱਗਦੀ ਤਾਂ ਚੱਕ ਲੈਂਦੇ, ਨਜ਼ਰਾਂ ਤੋਂ ਡਿੱਗਦੀ ਕੀ ਕਰੀਏ। ਠੀਕ ਹੈ, ਮੈਂ ਆਪ ਦੇਖਿਆ ਤੂੰ ਮੈਨੂੰ ਧੋਖਾ ਦੇ ਰਹੀ ਹੈ ਨਾ। ਹਾਂ, ਧੋਖਾ ਦੇ ਰਹੀ ਹਾਂ, ਤਾਂ ਕੀ ਹੈ? ਤਾਂ ਕੀ ਹੈ? ਉਹ ਕਿੰਨਾ ਖੁਸ਼ ਹੋ ਕੇ ਦੱਸ ਰਹੀ ਹੈ ਤੂੰ ਮੈਨੂੰ ਧੋਖਾ ਦੇ ਰਹੀ ਹੈ, ਨਾ ਕਿ ਗੁਲਾਬ ਜਾਮਣ ਦਾ ਡੱਬਾ। ਚਾਚਾ ਤੂੰ ਮੰਨਦਾ ਕਿਉਂ ਨਹੀਂ? ਉਹ ਮੈਂ ਆਪ ਦੇਖਿਆ, ਇਹ ਕਹੀ ਜਾਵੇ ਤੂੰ ਮੈਨੂੰ ਧੋਖਾ ਦੇ ਰਹੀ ਹੈ, ਤੂੰ ਮੈਨੂੰ ਧੋਖਾ ਦੇ ਰਹੀ ਹੈ। ਉਹ ਅੱਗੋਂ ਨੱਚ ਨੱਚ ਕਹੀ ਜਾਵੇ ਦਿੱਤਾ ਤਾਂ ਫਿਰ ਕੀ ਹੈ, ਦਿੱਤਾ ਤਾਂ ਫਿਰ ਕੀ ਹੈ। ਖੈਰ ਹੈ ਤਾਂ ਤੁਹਾਡੇ ਘਰ ਦੀ ਗੱਲ, ਮੈਨੂੰ ਇਹ ਨੱਚ ਨੱਚ ਕੇ ਨਹੀਂ ਦੱਸਣੀ ਚਾਹੀਦੀ। ਪਰ ਚਾਚਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇੱਥੇ ਕੋਲੋਂ ਨਹੀਂ ਸਾਂਭੀ ਜਾਣੀ, ਕੁੰਡੀਆਂ ਫਸੀਆਂ ਹੀ ਗਲਤ ਹੈ। ਨਹੀਂ ਮੁੰਡਾ ਤਾਂ ਠੀਕ ਹੈ, ਏਡਾ ਵੀ ਮਾੜਾ ਨਹੀਂ। ਹਾਂ ਹਾਂ, ਕੁੜੀ ਗਲਤ ਹੈ, ਇਹੋ ਜਿਹੀ ਕੁੜੀ ਦੀਆਂ ਤਾਂ ਲੱਤਾਂ ਹੀ ਤੋੜ ਦੇਣੀਆਂ ਚਾਹੀਦੀਆਂ। ਨਹੀਂ, ਲੱਤਾਂ ਤਾਂ ਕੀ ਕਿਸੇ ਦੀਆਂ ਤੋੜਨੀਆਂ, ਹੱਥ ਤੋੜ ਦੇ, ਸਿਰ ਭੰਨ ਦੇ, 100 ਥਾਵਾਂ ਸਰੀਰ 'ਚ ਤੋੜ ਲਈ ਕੁੜੀ ਗਲਤ ਹੋ ਗਈ ਹੋਣੀ। ਲੈ ਹੱਦ ਹੋ ਗਈ ਚਾਚਾ, ਵਿਚਾਰੇ ਇੰਨੀ ਸੋਹਣੀ ਕੁੜੀ ਦਾ ਕੀ ਕਸੂਰ ਹੈ? ਬੰਦੇ 'ਚ ਕੋਈ ਤੰਤ ਹੋਣਾ ਚਾਹੀਦਾ। ਕੀ ਕਰੀਏ, ਮੁੰਡੇ ਦੀ ਤਾਂ ਕਿਸਮਤ ਹੀ ਫੁੱਟ ਗਈ। ਉਹ ਤਾਂ ਠੀਕ ਹੈ, ਕਿਸੇ ਦੀ ਕਿਸਮਤ ਫੁੱਟੀ ਹੈ, ਪਰ ਸਾਡੀ ਲਾਟਰੀ ਕਿਤੇ ਖੁੱਲੀ ਹੈ? ਨਹੀਂ, ਲਾਟਰੀ ਨਹੀਂ ਖੁੱਲੀ,
ਸਾਡੇ ਘਰ ਦੀ ਇੱਜ਼ਤ ਖੁੱਲੀ ਹੈ। ਜੋ ਖੁੱਲਣਾ ਸੀ ਆਸੇ ਪਾਸੇ ਖੁੱਲ ਜਾਂਦਾ, ਘਰ ਦੀ ਇੱਜ਼ਤ ਗੁਆਂਢ ਚ ਰਹਿ ਜਾਂਦੀ। ਹਾਂ, ਭਾਵੇਂ ਦੋ ਘਰ ਛੱਡ ਕੇ ਖੁੱਲ ਜਾਂਦੀ। ਲਾਚੀਏ ਨੀ, ਲਾਚੀਏ ਨੀ, ਗੱਲ ਸੁਣੀ ਆਈ। ਹਾਂ ਨੀ, ਮੈਂ ਤੁਹਾਨੂੰ ਬੜੇ ਦਿਨਾਂ ਦੀ ਦੇਖਦੀ ਆ, ਤੁਸੀਂ ਬੜਾ ਹੱਸਦੇ ਖੇਡਦੇ ਰਹਿੰਦੇ ਹੋ। ਕੀ ਰਾਜ ਹੈ? ਮੈਂ ਨਾ ਇਹਨਾਂ ਨੂੰ ਝੂਠ ਬੋਲਿਆ ਪਿਆ ਕਿ ਮੈਂ ਇਹਨਾਂ ਨੂੰ ਧੋਖਾ ਦੇ ਰਹੀ ਹਾਂ। ਹਾਂ ਨੀ, ਉਹਨੇ ਤੈਨੂੰ ਮਾਰਿਆ ਕੁੱਟਿਆ ਨੀ? ਨਹੀਂ, ਤੁਹਾਡੇ ਸਾਹਮਣੇ ਤਾਂ ਹੈ, ਤੁਸੀਂ ਤਾਂ ਵੇਖਦੇ ਹੀ ਰਹਿੰਦੇ ਹੋ ਲੁਕ ਲੁਕ ਕੇ ਕਿਵੇਂ ਅੱਗੇ ਪਿੱਛੇ ਤੁਰਿਆ ਫਿਰਦਾ ਹੈ। ਕਦੇ ਬੱਤੇ ਲੈ ਕੇ ਆਉਂਦਾ, ਕਦੇ ਪਕੌੜੇ। ਮੇਰਾ ਪਿਆਰ ਵਾਪਸ ਪਾਉਣਾ ਹੈ ਨਾ। ਲਾਚੀ ਜਾਨ ਚੱਲੀਏ ਆਈ। ਅੱਛਾ ਸੁਣ, ਬੰਦੇ ਸਮਝਦੇ ਆਏ ਆ। ਉਹ ਸੁਣਦੀ ਹੈ ਗੱਲ, ਸੁਣ ਇੱਧਰ। ਨਹੀਂ ਮੈਂ ਨਹੀਂ ਸੁਣਦੀ। ਉਹ ਮੈਂ ਤੈਨੂੰ ਇੱਕ ਹੈਰਾਨ ਕਰਨ ਵਾਲੀ ਗੱਲ ਦੱਸਣੀ ਹੈ। ਮੈਂ ਵੀ ਤੁਹਾਨੂੰ ਪਰੇਸ਼ਾਨ ਕਰਨ ਵਾਲੀ ਗੱਲ ਦੱਸਣੀ ਹੈ। ਸਾਰੀ ਉਮਰ ਪਰੇਸ਼ਾਨ ਹੀ ਕੀਤਾ, ਹੁਣ ਨਵਾਂ ਕਰਨਾ? ਬੱਚਿਓ ਜਾਓ ਖੇਡੋ। ਹਾਂ ਦੱਸ, ਦੱਸ ਕੀ ਗੱਲ ਹੈ? ਕਈ ਵਾਰੀ ਨਾ ਬੰਦਾ ਵੀ ਚੰਗਾ ਹੁੰਦਾ, ਜਨਾਨੀ ਵੀ ਚੰਗੀ ਹੁੰਦੀ ਹੈ, ਪਰ ਨਾ ਕਈ ਵਾਰੀ ਕੋਈ ਬਾਹਰ ਚੰਗਾ ਲੱਗ ਜਾਂਦਾ। ਬਿਲਕੁਲ ਸਹੀ, ਜਦ ਬੰਦੇ 'ਚ ਕੁਝ ਕੱਢਣ ਨੂੰ ਆਓ ਚੰਗਾ ਲੱਗਣੇ ਲੱਗ ਜਾਂਦਾ। ਤੂੰ ਦੱਸ, ਪਰੇਸ਼ਾਨ ਕਰਨ ਵਾਲੀ ਗੱਲ ਦੱਸ। ਮੈਂ ਨਾ ਤੁਹਾਡੇ ਤੋਂ ਇੱਕ ਗੱਲ ਕਰੀ ਬੈਠੀ ਹਾਂ, ਸੋਚਦੀ ਸੀ ਅੱਜ ਦੱਸਾਂ ਕੱਲ ਦੱਸਾਂ, ਕਰਦੇ ਕਰਦੇ 10 ਸਾਲ ਹੋ ਗਏ। ਮੇਰਾ ਨਾ ਬਾਹਰ ਚੱਕਰ ਹੈ। ਚੱਕਰ? ਗਾਡੀ ਗੱਲ ਬਾਤ ਹੈ। ਸਾਲਾ ਸਾਰੇ ਪਿੰਡ ਦਾ ਪਾਣੀ ਖਰਾਬ ਹੋ ਗਿਆ ਲੱਗਦਾ। ਜਦੋਂ ਤੁਸੀਂ ਖੇਤਾਂ ਨੂੰ ਜਾਂਦੇ ਸੀ ਨਾ, ਤੇ ਕਦੇ ਮੇਰੇ ਲਈ ਕੁਲਫੀਆਂ, ਕਦੇ ਪਕੌੜੇ, ਤੇ ਕਦੇ ਦੋਨੇ ਚੀਜ਼ਾਂ ਇਕੱਠੀਆਂ ਲੈ ਕੇ ਆਉਂਦਾ ਸੀ। ਹੁਣ ਚਿੜੀ ਵਿਚਾਰੀ ਕੀ ਕਰਦੀ, ਠੰਡਾ ਪਾਣੀ ਪੀ ਮਰਦੀ। ਨਾ ਨਾ, ਠੰਡਾ ਕਿਉਂ, ਗਰਮ ਪਲਾਉਂਦੇ ਆ। ਚੱਲ ਤੂੰ ਅੰਦਰ ਚੱਲ, ਮੈਂ ਪਕੌੜੇ ਲਾਇਆ ਤੇਰੇ ਲਈ। ਚੱਲ ਚੱਲ ਚੱਲ, ਲਿਆਉਂਦਾ ਮੈਂ ਪਕੌੜੇ ਕਰਾਰੇ ਕਰਾਰੇ। ਚੱਲ ਕਮਰੇ ਦੇ ਘਰ ਦੀ ਨੂੰ ਹੈ ਕੁੰਡੀ ਲਾਲ। ਸਾਨੂੰ ਨਾ ਪਿਆਰ ਚ ਪਕੌੜੇ ਮਿਲੇ, ਨਾ ਧੋਖੇ ਚ, ਨੀ ਤੇਰਾ ਕੱਖ ਨਾ ਰਵੇ ਲਾਚੀਏ। ਆਪਣੇ ਪਿੰਡ ਚ ਲਿਆ ਯਾਰ, ਆਪਣਾ ਕਲਾਕਾਰ ਨੀ ਜਗਤਾਰ ਮਾਨ, ਮੈਂ ਤੇ ਦਫ਼ਤਰ ਲੱਗਿਆ ਨਾ। ਤੁਸੀਂ ਜਗਤਾਰ ਮਾਨ ਨੂੰ ਜਾਣਦੇ ਹੋ? ਲਹਿਰ ਜੇ ਦਫ਼ਤਰ ਲੱਗਿਆ ਤਾਂ ਜਾਣਦੇ ਹੋ ਨਾ। ਚਲੋ ਆ ਗਏ ਉਤਰੋ। ਦਫ਼ਤਰ? ਆਹੋ ਆ ਜਾਓ ਬਾਬੇ ਜੀ, ਸਤਿ ਸ੍ਰੀ ਅਕਾਲ ਵੀਰ ਜੀ। ਬੜੀ ਖੁਸ਼ ਹੋਈ ਜੀ ਤੁਹਾਨੂੰ ਦੇਖ ਕੇ, ਇੰਨੇ ਵੱਡੇ ਕਲਾਕਾਰ ਤੇ ਹੱਥੀ ਖੇਤੀ ਕਰੀ ਜਾਂਦੇ, ਬਹੁਤ ਜ਼ਮੀਨਾਂ ਜੁੜੇ ਹੋਏ ਨਾ, ਵੱਡੇ ਕਲਾਕਾਰ ਸਾਰੇ ਆਏ ਹੁੰਦੇ ਆ। ਉਹ ਨਾ ਨਾ ਜੀ, ਜ਼ਮੀਨ ਜ਼ਮੂਨ ਕਾਹਲੇ ਜੁੜੇ, ਗਾਣਾ ਗਾਣਾ ਕਰਕੇ ਸਾਰੀ ਸਾਹ ਛੱਡੀ ਜਾਂਦੀ। ਗਾਣਾ ਗਾਣਾ ਕਰਕੇ ਸਾਥ ਛੱਡੀ ਜਾਂਦੀ ਹੈ ਜੀ, ਮੈਂ ਸਮਝਿਆ ਨਹੀਂ। ਦੇਖੋ ਜੀ, ਸ਼ੌਂਕ ਪੂਰਾ ਕਰਨਾ ਤਾਂ ਕਿੱਲਾ ਤਾਂ ਵੇਚਣਾ ਪਊਗਾ ਨਾ ਜੀ। ਆਹ ਹੁਣ ਤਿੰਨ ਗਾਣਿਆਂ ਨੂੰ ਪਾਣੀ ਲਾ ਕੇ ਆਏ, ਦੋ ਵਿੱਚੋਂ ਬੀੜ ਸੋਚਿਆ, ਇੱਕ ਸਾਈਡ ਸੋਚਿਆ। ਪਰ ਵੇਚਣੀ ਆ ਫਿਰ, ਗਾਣਿਆਂ 'ਚ ਤਾਂ ਫਾਇਦਾ ਹੀ ਨਹੀਂ ਹੋਵੇ ਪਾਣੀ ਲਾਉਣ ਦਾ। ਸਟੈਕਟਰ ਜੀ ਵੀ ਕੋਈ ਚੀਜ਼ ਹੁੰਦੀ ਹੈ ਨਾ ਜੀ। ਸਟੈਕਟਰ ਜੀ?
ਕੰਮ ਕੁੰਮ ਕਰ ਦੇਣੀਆਂ ਸਲਫੀਆਂ ਸੁਲਫੀਆਂ ਨੈਟ ਤੇ ਚੜ੍ਹੀ ਦੀਆਂ ਥੱਲੇ ਫਿਰ ਕਮੈਂਟ ਆਉਂਦੇ ਆ ਵੀ ਵਾਹਿਗੁਰੂ ਦਾ ਬੜਾ ਡਾਊਨ ਟੂ ਅਰਥ ਇੰਨੇ ਕਿ ਨਾ ਜੀ ਫਿਰ ਜਿੰਨੀ ਗਈ ਹੋਈ ਇੱਜਤ ਹੈ ਵਾਪਸ ਆ ਜਾਂਦੀ ਹੈ ਅੱਛਾ ਬਾਕੀ ਨਾਲ ਤੁਸੀਂ ਤਾਂ ਨਹੀਂ ਮੰਗਾ ਲਈ ਬੈਠੇ ਕਿਤੇ ਗਾਉਣ ਦਾ ਨਾ ਜੀ ਸਾਡੇ ਕੋਲ ਤਾਂ ਕਿਲਾ ਪੂਰਾ ਵੀ ਨਹੀਂ ਹੈਗਾ ਪੌਣਾ ਕਿਲਾ ਜ਼ਮੀਨ ਆ ਸਾਡੇ ਕੋਲੇ ਉਹੀ ਸਾਡੀ ਰੋਜ਼ੀ ਰੋਟੀ ਹੈ ਜੀ ਫਿਰ ਠੀਕ ਹੈ ਜਿੰਨਾ ਮੇਰਾ ਐਕਸਪੀਰੀਅੰਸ ਹੈ ਲਾਈਕਸ ਤੇ ਕਮੈਂਟ ਮਿਲਾ ਕੇ ਹਾਂਜੀ ਮੈਂ ਤਾਂ ਇਹ ਸਿੱਟਾ ਕੱਢਿਆ ਦੋ ਵਕਤ ਦੀ ਰੋਟੀ ਸਭ ਕੁਛ ਸਾਰੇ ਕਲਾਕਾਰਾਂ ਦੀ ਸੋਚ ਇੱਕੋ ਹੀ ਹੁੰਦੀ ਹੈ ਇਹ ਵੀ ਐਂ ਕਹਿੰਦੀ ਹੁੰਦੀ ਵੀ ਦੋ ਵਕਤ ਦੀ ਰੋਟੀ ਮਿਲ ਜੇ ਬਹੁਤ ਆ ਬਿਲਕੁਲ ਹੈਗੀ ਤਾਂ ਕਲਾਕਾਰੀ ਹੈ ਭਾਵੇਂ ਕਰੀ ਹੈ ਤੇ ਕਰੋ ਫਿਰ ਪੇਸ਼ਕਸ਼ ਮਾੜਾ ਮੋਟਾ ਹਾਂ ਹਾਂ ਜੀ ਨਹੀਂ ਜੀ ਨਹੀਂ ਗਾ ਦੋ ਘਰਦੇ ਹੀ ਬੈਠੇ ਆ ਸੰਗਣ ਵਾਲੀ ਗੱਲ ਤਾਂ ਕੋਈ ਹੈ ਨਹੀਂ ਵੈਸੇ ਸੰਗੋਣਾ ਨਹੀਂ ਸੰਗ ਸੁਣ ਤਾਂ ਹੈ ਨਹੀਂ ਗੀ ਅੱਛਾ ਸੰਗ ਤਾਂ ਉਹ ਤਾਂ ਗਿਜੇ ਤਾਂ ਗਾਉਂਦੀ ਨਹੀਂ ਮੁੜ ਕੇ ਤਾਂ ਕੰਨ ਦਾ ਥਰਾ ਗਾਉਂਦੀ ਹੈ ਸੁਣਾ ਲੇ ਆਉਣ ਦੇ ਆਉਣ ਦੇ ਸਹੀ ਸੰਗਰੀ ਛੜਾ ਜਾ ਹਾਂਜੀ ਹਾਂਜੀ ਤੇਰੇ ਨਾਲ ਨਾਲ ਰਹਿ ਕੇ ਤੇਰੇ ਕੋਲ ਕੋਲ ਬਹਿ ਕੇ ਗੱਲਾਂ ਬਦਲ ਗਈਆਂ ਨੇ ਸਭ ਮੇਰੀਆਂ ਕੀ ਬਾਤ ਹੈ ਭਾਜੀ ਸ਼ੀਸ਼ਾ ਹੋ ਸ਼ੀਸ਼ਾ ਗਾਓਗੇ ਜੀ ਤੁਸੀਂ ਗਾ ਤਾਂ ਦਿੱਤਾ ਜੀ ਉਹ ਨਹੀਂ ਜੀ ਮੈਂ ਉਹ ਗੱਲ ਨਹੀਂ ਕਰਦਾ ਵੀ ਮਤਲਬ ਸਾਡੇ ਨਾਲ ਗੀਤ ਗਾਓਗੇ ਕੋਈ ਨਹੀਂ ਨਹੀਂ ਬੇਬੇ ਕੁੱਟੂਗੀ ਲੈ ਦੱਸ ਤੁਸੀਂ ਆਪਦਾ ਨਾਂ ਨਾ ਪਾਇਓ ਉਹ ਅੱਜ ਕੱਲ੍ਹ ਹਰੇਕ ਚੀਜ਼ ਦਾ ਹੱਲ ਹੈ ਦੇਖੋ ਜੀ ਜਿਹੜੀਆਂ ਤਾਂ ਹਿੱਟ ਕੁੜੀਆਂ ਉਹ ਲੈਂਦੀਆਂ ਲੱਖ ਡੂਢ ਲੱਖ ਤੇ ਆਪਣਾ ਉਹਨਾਂ ਬਜਟ ਹੈ ਨਹੀਂ ਅਸੀਂ ਤਾਂ ਇਕੱਠਾ ਇਕੱਠਾ ਕਰਕੇ ਨਾ 3000 ਰੁਪਏ ਦੇ ਸਕਦੇ ਤਿੰਨ ਹਜ਼ਾਰ ਕਾਲਾ ਮੈਂ ਤਾਂ ਕਹਿੰਦਾ ਕਾਲਾ 3000 ਦੇ ਦੋਗੇ ਜੀ ਕਮਾਲ ਹੋ ਗਈ ਹੁਣ ਐਡੇ ਕਹਿ ਗੁਜਰੇ ਅਸੀਂ ਕਲਾਕਾਰ ਹੁੰਦੇ ਹਾਂ 3000 ਦੀ ਗੱਲ ਹੋਈ ਹੈ 3000 ਦੇਵਾਂਗੇ 1500 ਹੁਣੇ ਚੱਕੋ ਨੱਚਣਾ ਤਾਂ ਨੱਚ ਲਾ ਫੇਰ ਨਾ ਕਿ ਚੁੱਲ੍ਹੇ ਚਲਤਾਂ ਨਹੀਂ ਮਾਰੀਆਂ ਸੜਕ ਪਹਿਲੀ 3000 ਨਹੀਂ ਸਮਝਦਾ ਜੀ ਹਾਂ ਉਹੀ ਜਾਣਦਾ ਖੋ ਬਣਿਆ ਪਿਆ ਸਮਝ ਨਹੀਂ ਹੁੰਦਾ ਬੇਬੇ ਨੂੰ ਦੱਸੀ ਕਿਵੇਂ ਰਕਮ ਆਈ ਕਿੱਥੋਂ ਹਾਂਜੀ ਸ਼ੁਕਰੀਆ ਜੀ ਸ਼ੁਕਰੀਆ ਲਾਚੀ ਜਿੱਦਣ ਤੇਰੀ ਡੋਲੀ ਵਿਦਾ ਹੋ ਕੇ ਸਾਡੇ ਘਰੇ ਆਈ ਨਾ ਜਮਾ ਹੀ ਐਂ ਲੱਗਦੀ ਸੀ ਭੁੱਲ ਗਏ ਤੁਸੀਂ ਮੇਰੀ ਵਿਦਾਈ ਤਾਂ ਅਜੇ ਹੋਣੀ ਆ ਭਲਾ ਹੋ ਜੇ ਤੇਰਾ ਕਦੋਂ ਵਿਦਾ ਹੋਣੀ ਹੈ ਪਸੀਨੀ ਛੇਤੀ ਹਾਰ ਗਏ ਇੰਨਾ ਹੀ ਪਿਆਸ ਸੀ ਆਸ਼ਿਕ ਤਾਂ ਫੇਰਿਆਂ ਤੋਂ ਚੱਕ ਕੇ ਲੈ ਜਾਂਦੇ ਆ ਇੱਕ ਕੰਮ ਕਰ ਤੂੰ ਆਪਣੇ ਸ਼ਗਨ ਵਾਲੇ ਕੱਪੜੇ ਕੱਢ ਲਾ ਪਾ ਤੇ ਮੈਂ ਆ ਗਿਆ ਨਹੀਂ ਮੈਂ ਆਪਣਾ ਸੂਟ ਪਾ ਕੇ ਕਿਸੇ ਹੋਰ ਨਾਲ ਫੇਰਿਆਂ ਤੇ ਕਿਵੇਂ ਬਹਿ ਸਕਦੀ ਹਾਂ ਸ਼ੁਕਰ ਇੰਨੀ ਕਕਲ ਤੈਨੂੰ ਹਲੇ ਹੈਗੀ ਆ ਇੱਕ ਕੰਮ ਕਰ ਫਿਰ ਆਈ ਪਾਲਾ ਪੱਕਾ ਕਿਸੇ ਹੋਰ ਦੇ ਨਾਲ ਫੇਰੇ ਤੇ ਨਹੀਂ ਪੈ ਸਕਦੀ ਕਿਸੇ ਹੋਰ ਦੇ ਨਾਲ ਕਿਹਦੇ ਨਾਲ ਉਹ ਤੇ ਨਾਟਕ ਹੈ ਨਾ ਲੈ ਤੇਰਾ ਵੀ ਨਹੀਂ ਕੁਝ ਪਤਾ ਲੱਗਦਾ ਜਦੋਂ ਮੈਨੂੰ ਚੰਗਾ ਲੱਗਦਾ ਸੀ ਤੂੰ ਕਰਨਾ ਸੀ ਹੁਣ ਜਦੋਂ ਮੈਂ ਤਿਆਰੀ ਕਰਕੇ ਆਇਆ ਮੈਂ ਕੀ ਬੋਲਾਂ ਮੈਂ ਬੋਲੂੰਗਾ ਮੈਨੂੰ ਕਰਨ ਦੇ ਪਰ ਢੋਲਕੀ ਵਾਲੇ ਤੇ ਮੈਂ ਚਾਰ ਮਾਰਨੇ ਛਿੱਤਰ ਢੋਲਕੀ ਤੋੜ ਕੇ ਪਰੇ ਕਰਨੀ ਹੈ ਤੂੰ ਬੈਠ ਪੱਕਾ ਉਹ ਮੈਂ ਕਿੰਨੀਆਂ ਸੋਹਣੀਆਂ ਗੱਲਾਂ ਯਾਦ ਕਰਕੇ ਤੈਨੂੰ ਪਤਾ ਕਰਕੇ ਰਹੀ ਤੂੰ ਬੈਠੋ ਆਤਾ ਹੂੰ ਮੈਂ ਇਹ ਤੂੰ ਕੀ ਪਈ ਕਰਦੀ ਹੈ ਕਾਰੇ ਅਸੀਂ ਤੇਰੇ ਲਈ ਕੀ ਕੀਨ ਕੀਤੇ ਚਾਰੇ
ਸਾਡੀਆਂ ਪਕੌੜੀਆਂ ਤੇ ਤੇਰੇ ਲਾਰੇ। ਵਾਹ ਨੀ ਮੁਟਿਆਰੇ, ਵਾਹ ਨੀ ਮੁਟਿਆਰੇ, ਤੇਰਾ ਦੂਜਾ ਵਿਆਹ ਤੇ ਅਸੀਂ ਕੁਆਰੇ। ਠੀਕ ਹੈ, ਇਹ ਨਹੀਂ ਹੋ ਸਕਦਾ। ਤੂੰ ਮੈਨੂੰ ਧੋਖਾ ਨਹੀਂ ਦੇ ਸਕਦੀ, ਤੂੰ ਇਹਦੇ ਨਾਲ ਫੇਰੇ ਨਹੀਂ ਲੈ ਸਕਦੀ। ਮੈਨੂੰ ਅੱਜ ਪਤਾ ਲੱਗ ਗਿਆ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ, ਪਰ ਮੈਂ ਮਜਬੂਰ ਹਾਂ, ਮੈਂ ਇਹਦੇ ਨਾਲ ਦੋ ਫੇਰੇ ਲੈ ਚੁੱਕੀ ਹਾਂ। ਕੋਈ ਗੱਲ ਨਹੀਂ, ਦੋ ਇਹਦੇ ਨਾਲ ਲੈਣੇ, ਦੋ ਮੇਰੇ ਨਾਲ ਲੈ, ਤੇਰੇ ਤਾਂ ਚਾਰ ਹੋ ਗਏ ਨਾ। ਨਹੀਂ, ਤੁਹਾਡੇ ਦੋਨਾਂ ਨਾਲ ਦੋ ਦੋ ਫੇਰੇ ਲੈਣ ਤੋਂ ਚੰਗਾ ਮੈਂ ਕਿਸੇ ਦੀ ਨਾ ਹੋਵਾਂ, ਮੈਂ ਖੂਹ ਛਾਲ ਮਾਰਾਂ। ਨਹੀਂ, ਮੈਂ ਕਿਹਾ ਕਿਉਂ ਦੂਜਾ ਗੇੜਾ ਲਾਉਣਾ, ਨਾਲੇ ਮੈਂ ਪੁੱਛਦੀ ਜਾਵਾਂ ਕਿ ਸੂਟ ਬਣਿਆ ਕਿ ਨਹੀਂ। ਸੂਟ ਤਾਂ ਬਣਿਆ ਪਿਆ, ਸੱਚੀ ਤੈਨੂੰ ਤੈਰਨਾ ਆਉਂਦਾ ਹੈ? ਹਾਂ ਆਉਂਦੀ, ਦੋ ਮੱਛੀਆਂ ਫੜ ਲਈ, ਰਾਤ ਭੁੱਖ ਲੱਗੇਗੀ, ਫੜ ਲਾਂਗੇ। ਉਹ ਸਾਡਾ ਰਾਹ ਕੋਈ ਨਹੀਂ ਰੋਕ, ਰੁਕ ਗਏ ਆਪੇ, ਦੇਖ ਲਾ ਦੇਖ, ਖੰਗੂਰਾ ਤਾਂ ਮਾਰ ਦਿਆ ਕਰ, ਮੈਨੂੰ ਥੱਲੇ ਤਾਰੋ, ਛੱਡੋ। ਬੇਬੇ ਆਪਾਂ ਦਰਵਾਜ਼ਾ ਲਾ ਕੇ ਉੱਥੇ ਘੰਟੀ ਨਾ ਲਵਾ ਦਈਏ, ਆਉਂਦੇ ਜਾਂਦੇ ਦਾ ਪਤਾ ਲੱਗ ਜਾ ਕਰੂ। ਬੇਬੇ ਨਹੀਂ, ਪਹਿਲੇ ਲਵਾ ਦਿੰਦੀ ਆ, ਨਾਲੇ ਹਰੇਕ ਆਉਂਦਾ ਜਾਂਦਾ ਖੜਕਾ ਲੂ, ਨਾਲੇ ਤੁਹਾਨੂੰ 200 ਰੁਪਏ ਮੱਥਾ ਟੇਕਿਆ ਕਰੂ। ਮੇਰੀ ਧੀ ਦੇ ਵਿਆਹ ਦਾ ਸੂਟ, ਕੁੜੇ ਇਹ ਤੂੰ ਕੀ ਕੀਤਾ? ਕੋਈ ਨੀ ਚਾਚੀ, ਲਾ ਦਿੰਦੀ ਲਾ ਦੇ। ਐ ਕਿਵੇਂ, ਸ਼ਗਨਾ ਦਾ ਸੂਟ ਜੂਠਾ ਕਰਤਾ, ਮੇਰੀ ਧੀ ਨੇ ਚਾਵਾਂ ਨਾਲ ਖਰੀਦਿਆ ਸੀ ਇਹ ਸੂਟ, ਪੂਰੇ 2000 ਰੁਪਏ ਦਾ। ਕੋਈ ਨੀ, 2 ਮਿੰਟ ਪਹਿਲਾਂ ਤਾਂ ਪਾਇਆ। ਨਾ ਨਾ ਨਾ, ਮੈਂ ਹੁਣ ਇਸ ਸੂਟ ਦਾ ਕੀ ਕਰਨਾ, ਮੈਨੂੰ ਤੇ ਪੈਸੇ ਚਾਹੀਦੇ ਨੇ, ਪੂਰੇ 2000 ਰੁਪਏ। ਆਹੋ ਖੇਡੋ ਖੇਡੋ ਤੁਸੀਂ, ਪਹਿਲਾਂ ਮੈਂ ਪਾਣੀਆਂ ਦੀ ਹੱਟ ਮੂਹਰੋਂ ਭੱਜਦੀ ਰਹੀ, ਹੁਣ ਇਹਦੇ ਘਰ ਮੂਹਰੋਂ ਭੱਜੋ, ਫਿਰ ਸਾਰੇ ਪਿੰਡ ਮੂਹਰੋਂ ਭਜਾਇਓ ਮੈਨੂੰ। ਬੇਬੇ ਮੈਂ ਕਿਸੇ ਨਾਲ ਗਾਣਾ ਗਾਇਆ, ਨਾ ਬਦਲ ਕੇ। ਕਿਸੇ ਨਾਲ ਗਾਣਾ ਗਾਇਆ, ਸ਼ਰਮ ਨੀ ਆਈ ਤੈਨੂੰ? ਨਹੀਂ ਕਰਦੇ ਬੇਬੇ, ਅੱਜ ਹੀ ਫੋਨ ਆਇਆ ਸੀਗਾ, ਕਹਿੰਦੇ 5000 ਮਿਲੂਗਾ ਗਾਣਾ ਗਾਉਣਾ। ਮੈਂ ਕਿਹਾ ਵੀ ਅਸੀਂ ਨੀ ਕੁੱਤਖਾਨਾ ਕਰਨਾ, ਇੱਕ ਵਾਰੀ ਹੋ ਗਿਆ ਬਹੁਤ ਆ। ਕਿੰਨੇ ਪੈਸੇ? 5000। 5000? ਹਾਂਜੀ। ਇਸ ਕੁੱਤਖਾਨੇ ਚ ਇੰਨੇ ਪੈਸੇ? ਹਾਂਜੀ। ਫੇਰ ਤਾਂ ਕੋਈ ਕੁੱਤਖਾਨਾ ਨੀ, ਗਾਓ ਤੁਸੀਂ। 5000 ਇਹ ਕੁੱਟੂ, 3000 ਤੂੰ ਕੁੱਟੇਗਾ, 2000 ਮੈਂ ਕੁੱਟੂ, ਮੈਂ ਵੀ ਗਾਊ। ਬੇਬੇ ਗਾਉਣਾ ਬਹੁਤ ਔਖਾ, ਕੱਪੜੇ ਧੋਣ ਨਾਲ ਤਾਂ ਨੀ ਔਖਾ, ਆਈ ਕਰਨਾ। ਆਪਾਂ ਮਿਲ ਕੇ 10000 ਕਮਾਵਾਂਗੇ ਮਹੀਨੇ ਦਾ। ਠੀਕ ਹੈ ਬੇਬੇ, ਜਦੋਂ ਆਪਾਂ ਕੱਠੇ ਬਣੀ ਉਤਰਿਆ ਕਰਾਂਗੇ, ਲੋਕਿਆ ਕਰਨਗੇ। ਉਹ ਜਦੋਂ 10000 ਇਕੱਠਾ, ਉਹ ਜਦੋਂ 10000 ਇਕੱਠਾ, ਉਹ ਜਦੋਂ 10000 ਇਕੱਠਾ। ਕਦੇ ਯਾਦ ਨਹੀਂ ਕੀਤਾ,
ਗਾਵਾਂ ਹਮਾ ਲਾਈਏ थोड़ा थोड़ा दी जाया कर ठीक है पढ़ लो पढ़ लो पढ़ लो कितने पैसे तेरे 75,000 है मूल ते बाकी ब्याज आप देख लेना 10,000 और हो 95,000 पीछे तू बगानी चलानी कर ना 85,000 चल 85 ला ले हां कुछ भी है कल आ जी पैसे ले जी अरे बता पी जी ते तुसी भी सुन लो पिंड वाले हो जे 150 दी लोड़ होवे जदों मर्जी आके ले जाओ जट्टी दा घर सदा खुला तोड़े ले आवी लाली गाजर मटर बहुत स्वाद में लचनी बीबी हाँ लचनी गाना नहीं किया मुछा ला वो तो वीडियो बनना वो कहें भी लाची एक्टिंग करवानी है दाहिया पीए मिलना ना 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 एक कोई इज्जत वाले काम नहीं ਬੇਬੀ ਤੂੰ ਪੀਤੀ ਹੈ ਨਹੀਂ ਪੀਤੀ ਹੈ ਤੂੰ ਸਾਰੀ ਉਮਰ ਸਬਰ ਦੇ ਕੌੜੇ ਘੁੱਟ ਭਰੇ ਆ ਜੇ ਅੱਜ ਇੱਕ ਕੌੜਾ ਘੁੱਟ ਭਰ ਲਿਆ ਨਾ ਤਾਂ ਕੀ ਹੋ ਗਿਆ ਮੈਂ ਖੁਸ਼ ਹਾਂ ਤੇ ਫਿਰ ਖੁਸ਼ੀ ਹੋਰ ਵਧਾ ਲਾ ਕੌੜਾ ਘੁੱਟ ਹੋਰ ਮਾਰ ਅੰਦਰ ਵੀਡੀਓ ਮੈਂ ਕਹਿ ਰਿਹਾ ਤੈਨੂੰ ਇਹ ਕੋਈ ਇੱਜ਼ਤਦਾਰਾਂ ਦੇ ਕੰਮ ਨਹੀਂ ਹੁੰਦਾ ਆਪਣੇ ਕੋਲੇ ਇੰਨੇ ਕੁ ਪੈਸੇ ਜੁੜ ਗਏ ਵੀ ਆਪਾਂ ਪਾਣੀ ਦਾ ਹੱਥ ਕਰ ਸਕੀਏ ਆਪਾਂ ਇੱਜ਼ਤਦਾਰਾਂ ਵਾਲੇ ਕੰਮ ਕਰਨੇ ਆ अपने लोगों के कपड़े सोने दिहाड़िया करनी है हाँ। खेती बाड़ी का कम करना हाँ, चौधरी कम ठीक अपने अज रल के गुजारा के चौधरी अल्लाह करे दिन ना चढ़े मैं तो 100 की स्पीड से आया पैसे लैन अपने अब मां तेरी अंदर गई है हाले तक बुढ़ी नहीं कोई नहीं लाला अपना घरे मर्जी नाल मुड़ेगी उड़ी क्या तीन सवेर का चूहे की खुट तो नहीं लगती चार पैसे ले जा कोई पागल फोन साढ़े चोरी होगी
ठीक है सकीम ठीक है, पहला तो घरे बुला लो तो फिर कभी चोरी होगी। नहीं नहीं मैं सच कहने भावे आप आके देख ला कंध पैर डिजिटल बोरा करके ला गया चोर। वे किन्ना किरने पाती है मैं तो पहले ही शक सी भाई इन्ने पैसे थोड़े को आए कितों एडी ड्रामेबाज और ललम मेरी मत बेजती हो जा मैं तेन किलो सारे पिंड एक कपड़े के अंदर लड़क पैसे आ गए सारा पिंड भुखे तक मिलेगा हूं। चलो मान लिया सीगे कमाई का जरिया दसोगे जरा असि अपनी इज्जत बेच बेच के पैसे कमाए मेरी धी बेचारी मैं घबरा मैं पुत दस लैण दे मेरी धी बेचारी ने मैं पुत दस ता लैण दे दस लाख दस केड़े केड़े गाने गाया झेट कोलो कुट कट के प्यावा दूध का गिलास निके दे और एक ता ऐसी देखो अभी मैं फ्रेंड बन के लड़ू मैं एक ते देखो सी का सुर दे लाल मूर्ति चक्का जम करा था नहीं अपना सर डाला सी हां तो जरा गड्डिया सी का केड़ी तुसी आपसे अंताक्षरी खड़ी जाने हो मैनु लगदा सारा टब्बर पागल हो गया पागल कान खोल के मेरी गल सुन लो जे 15 दिन च मेरे पैसे ना मुड़े तो सारे मकान ते कब्जा कर लूं कब्जा 50-60 हजार का तो होना ही है घटो घट लख का है लख देखा कदे लख का है बेबी खूह वाल तेन चली ना मैं तो बैठन लगी हाँ धीए तू जिदे ना मर्जी वीडियो कर जेड़े मर्जी दरबार च नच लोकां ने तेरिया बड़िया गल्लां करनिया के पराने सिंगर नाल रली होई है फलाने नाल फसी होई है असी तां पैसे कमाने पैसे तां के लाले दियां लुटियां पा सकीए लाला नचाउणे लाला ये गल मुका जिन्नी इज्जत मैं सारी जिंदगी च गवाई है मैनू 5 सालां च वापस चाहीदी है मैं पिंड दी सरपंच बनना सरपंच ते जा दिन हो गया। हां जी भाई सत श्री अकाल जी भाई थोड़े नेड़े चले जांदी शूटिंग आ जांदे भाई नाले माड़ी मुट्टी टॉर बन जो यार एक अद्धी सेल्फी करा लांगे थोड़े नाल ले भाई ऑडियो दा रिस्पांस घंटा ताही तां पंगा ले 50 कमेंट तां सरा घंटा 40 आए होए ने नहीं नहीं भाई आपां तां 5 की पोए ने। हां जी भाई लोकां दी आखरी उम्मीद लगी हुंदी है साडा आखरी किला लग्गिया वा यार यार भाई क्या रखता मेरा लीडां ती लग गया और समझो यार आ जाओ भाई बनके ओके लाची थोड़ा लेफ्ट थोड़ा हाँ ना करेक्ट थोड़ा राइट नाइस वेरी नाइस फ्रेम ठीक नहीं है फ्रेम जो दिख रहा है वो फ्रेम है परिवार नहीं लग रहा लाची थोड़ा खबे हो जा हाँ सज्जी ठीक है एक्शन जो नाच रही है ना बड़ी मस्त लग रही है तुम्हारे घर में माँ पहननी है घर में तो है पर कैमरे के सामने नहीं है कलाकार है वो इज्जत करो पूजो इनको तू कौन है मैं इसका पति हूँ Let's go.
ਘੰਟਿਆਂ ਚ 2 ਲੱਖ ਵੀ 1000 ਲਾਈਕ ਤੇ 99 ਡਿਸਲਾਈਕ। ਹਾਂ ਜੀ 99 ਤਾਂ ਆਪਣੇ ਪਿੰਡ ਵਾਲੀ ਹੈ। ਛੱਡੋ ਭਾਜੀ, ਹੁਣ ਆਪਣਾ ਆਫਿਸ 'ਚ ਬਹਿੰਦਾ ਤੇ ਮੇਰਾ ਤਨਖਾਹ ਲੈਣ ਦਾ ਟਾਈਮ ਆ ਗਿਆ। ਭਾਜੀ ਜੇ ਤੁਸੀਂ ਕਹੋ ਤੇ ਮੈਂ ਕਰਾਂ ਭਾਬੀ ਨੂੰ ਫੋਨ। ਨਾ 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 ਨਾ, ਹੁਣ ਫੋਨ ਕੀਤਾ ਅਗਲੀ 2.5 ਲੱਖ ਮੰਗ ਲਈ। ਹਾਂ ਉਹਨਾਂ ਦਾ ਫੋਨ ਆਉਣ, ਤੂੰ ਨਹੀਂ ਕਰਨਾ। ਤੂੰ ਬਹੁਤ ਕਮਾਲ ਹੈ ਸੱਚੀ। ਜਦ ਤੂੰ ਵੀਡੀਓ 'ਚ ਨੱਚ ਰਹੀ ਸੀ ਨਾ, ਮੈਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਮੇਰੇ ਘਰ ਵਾਲੀ ਹੈ। ਥੈਂਕ ਯੂ ਕਹਿੰਦੇ ਹੋ? ਥੈਂਕ ਯੂ ਕਹਿੰਦੀ ਹੋਰ ਕੀ ਕਮਾ, ਆਪਣੇ ਨਾਟਕ ਦਾ ਕੀ ਬਣਿਆ ਹੈ, ਕਿੱਥੇ ਤੱਕ ਪਹੁੰਚੇ ਆਪਣੀ ਗੱਲ, ਮੇਰਾ ਕੁਛ ਬਣੂ ਕਿ ਨਹੀਂ ਬਣੂ। ਫੋਨ ਇੱਧਰ ਹੀ ਮਿਲ ਲੱਗ ਗਿਆ। ਹੈਲੋ, ਕੌਣ ਤੁਸੀਂ? ਕੌਣ ਤੁਸੀਂ ਫੋਨ ਲਾਇਆ, ਤੁਸੀਂ ਦੱਸੋ। ਮੈਂ ਅਜੇਪਾਲ ਬੋਲਦਾ ਜੀ। ਹਾਂਜੀ, ਮੈਂ ਲਾਚੀ। ਕੌਣ? ਅਜੇਪਾਲ ਜੀ। ਸੋਰੀ, ਉਹ ਗਲਤੀ ਨਾਲ ਲੱਗਿਆ ਜੀ ਮੈਨੂੰ ਤੁਹਾਨੂੰ ਫੋਨ, ਮੈਂ ਤੁਹਾਡਾ ਗੀਤ ਸੁਣੀ ਜਾਂਦਾ ਸੀ, ਮੇਰੇ ਖਿਆਲ ਤਾਂ ਤੁਹਾਡਾ ਨੰਬਰ ਡਾਇਲ ਹੋ ਗਿਆ। ਸੋਰੀ, ਮੈਂ ਰੱਖਦਾ ਜੀ ਫੋਨ। ਨਹੀਂ ਜੀ, ਕੋਈ ਗੱਲ ਨਹੀਂ, ਕੀ ਹੋ ਗਿਆ ਜੀ, ਗਲਤੀ ਨਾਲ ਲੱਗਿਆ। ਹੈਲੋ ਕੌਣ ਤੋਂ ਬਾਅਦ 2 ਮਿੰਟ ਗੱਲ ਹੋ ਸਕਦੀ ਆ? ਹਾਂਜੀ, ਦੋ ਮਿੰਟ ਕਿਉਂ, ਭਾਵੇਂ ਸਾਰਾ ਦਿਨ ਗੱਲ ਕਰੋ। ਜਦੋਂ ਮੈਂ ਤੁਹਾਡੀ ਆਵਾਜ਼ ਸੁਣੀ ਸੀ, ਮੈਂ ਸੋਚਿਆ ਸੀ ਤੁਸੀਂ ਬਹੁਤ ਜ਼ਿਆਦਾ ਸੁਣੇ ਹੋਵੋਗੇ, ਪਰ ਜਦੋਂ ਤੁਹਾਨੂੰ ਮੈਂ ਮਿਲਿਆ ਜੀ, ਤੇ ਫਿਰ ਮੈਨੂੰ ਲੱਗਿਆ ਜੀ ਤੁਸੀਂ ਆਪਣੀ ਆਵਾਜ਼ ਤੋਂ ਕਿੰਨੇ ਜ਼ਿਆਦਾ ਸੋਹਣੇ ਹੋ। ਧੰਨਵਾਦ ਜੀ, ਤੁਸੀਂ ਇੰਨੇ ਵੱਡੇ ਕਲਾਕਾਰ ਹੋ, ਸਾਨੂੰ ਇੰਨਾ ਮਾਣ ਦੇ ਰਹੇ ਹੋ। ਪਤਾ ਜੀ, ਮੈਨੂੰ ਬੜੀ ਖੁਸ਼ੀ ਹੋਈ ਸੀ ਤੁਹਾਨੂੰ ਮਿਲ ਕੇ। ਸ਼ੁਕਰੀਆ ਜੀ। ਵੱਡੇ ਵੱਡੇ ਕਲਾਕਾਰਾਂ ਦੇ ਫੋਨ ਆਉਣ ਲੱਗੇ ਹੈ। ਮੇਰੇ ਨਾਲ ਗਾਓਗੇ? ਹਾਂਜੀ ਹਾਂਜੀ, ਜ਼ਰੂਰ ਗਾਉਂਗੀ, ਪਰ ਗਾਣਾ ਚੱਕਵਾ ਜਾ ਨਹੀਂ ਗਾਉਣਾ। ਭੇਟ ਗਾ ਲਈਏ, ਕੋਈ ਪਰਿਵਾਰਕ ਜਿਹਾ ਕਰ ਲਾਂਗੇ। ਆ ਜਾਓ ਫਿਰ, ਮੈਂ ਸਵੇਰ ਹੋਣ ਦਾ ਇੰਤਜ਼ਾਰ ਕਰਦਾ। ਠੀਕ ਹੈ ਜੀ, ਆ ਜਾਓ। ਸਾਰੇ ਪਰਿਵਾਰ ਨੂੰ ਕੋਈ ਸ਼ਬਦ ਨੀ ਗਲਤ ਮਤ ਲੱਗਾ? ਗਾਣਾ ਤਾਂ ਸਾਰਾ ਠੀਕ ਹੈ, ਬਾਕੀ ਪਰ ਵਿੱਚ 2 ਵਾਰੀ ਸੰਦਲੀ ਆ ਗਿਆ, ਉਹਦਾ ਕੋਈ ਗਲਤ ਮਤਲਬ ਤਾਂ ਨਹੀਂ? ਸੰਦਲੀ ਤਾਂ ਨੀ, ਸੰਗਲੀ ਤਾਂ ਹੁੰਦਾ ਜਿਹੜੀ ਕੁੱਤੇ ਦੇ ਗਲ ਚ ਪਾਉਣੇ ਹੁੰਦੇ। ਚੱਲ ਛੱਡ ਪਰਾਂ, ਜੇ ਨਹੀਂ ਪਤਾ ਤਾਂ ਪੁੱਤ ਗਾਣਾ ਬਾਹਲੇ ਮਿੱਠਾ, ਤੁਸੀਂ ਇਹੀ ਗਾਇਓ। ਆਪਣੀ ਟੇਪ ਦਾ ਨਾਂ ਲੌਂਗ ਲਾਚੀ ਰੱਖਿਓ, ਤੂੰ ਲੌਂਗ ਤੇ ਇਹ ਲਾਚੀ। ਵਧੀਆ ਨਾ।
ਮੈਚ ਜੋੜੀ ਗਾਣੇ 'ਚ ਤਾਂ ਹਿੱਟ ਹੋ ਚੁੱਕੀ ਹੈ ਪਰ ਰੀਅਲ ਲਾਈਫ 'ਚ ਕਦੋਂ ਇੱਕ ਹੋਏਗੀ? ਸਾਰੇ ਜਾਣਨਾ ਚਾਹੁੰਦੇ ਨੇ। ਫਿਲਹਾਲ ਅਸੀਂ ਬਹੁਤ ਵਧੀਆ ਫਰੈਂਡਸ ਹਾਂ ਜੀ, ਅਤੇ ਅਜੇ ਅਸੀਂ ਇਕੱਠਿਆਂ ਬਹੁਤ ਕੰਮ ਕਰਨਾ, ਅਤੇ ਨੈਕਸਟ ਮੰਥ ਸਾਡਾ ਕੈਨੇਡਾ ਦਾ ਟੂਰ ਹੈ। ਲੇਟ ਹੋ ਗਿਆ। ਹਾਂਜੀ ਬਾਈ, ਕੌਣ ਹੋ? ਮੈਨੂੰ ਪਛਾਣਿਆ ਨੀ, ਮੈਂ ਮਹਿੰਗਾ। ਅਸੀਂ ਤੈਨੂੰ ਨੀ ਜਾਣਦੇ ਬਾਈ, ਤੂੰ ਮਹਿੰਗਾ, ਤੂੰ ਸਸਤਾ ਹੈ, ਅਸੀਂ ਤੈਨੂੰ ਨੀ ਜਾਣਦੇ। ਮੈਂ ਲਾਚੀ ਦੇ ਘਰ ਵਾਲਾ। ਬਾਈ ਵਿਆਹ ਹੀ ਨੀ ਵਰੀ ਨੀ, ਤੂੰ ਐਵੇਂ ਕਹੀ ਜਾਂਦਾ। ਲਾਚੀ ਦੱਸ ਲਾਚੀ, ਤੂੰ ਤੇ ਕਿਉਂ ਨੀ ਦੱਸਿਆ ਮਿੱਤਰ ਘਰ ਵਾਲਾ? ਓਹੋ, ਤੁਸੀਂ ਹਜੇ ਉਹੀ ਗੱਲ ਲੈ ਕੇ ਬੈਠੇ ਹੋ। ਕੀ ਕਰਦੀ ਮੈਂ ਉੱਥੇ? ਕਾਨੂੰਨ ਤੋੜ ਦਿੰਦੀ? ਉਹਨਾਂ ਨੇ ਸਾਨੂੰ ਪੁਲਿਸ ਫੜਾ ਦੇਣਾ ਸੀ ਧੋਖਾਧੜੀ ਦੇ ਕੇਸ 'ਚ। ਚੱਲ ਫਿਰ ਹੁਣ ਤੂੰ ਦੱਸਣਾ ਕਿ ਮੈਂ ਤੇਰੇ ਘਰ ਵਾਲਾ ਜੀ ਨੇ ਮੈਨੂੰ ਧੱਕਾ ਮਾਰਿਆ ਸੀ। ਤੁਹਾਡਾ ਧਿਆਨ ਇਸੇ ਪਾਸੇ ਹੀ ਲੱਗਿਆ। ਇਹ ਨੀ ਵੇਖ ਰਹੇ ਕਿ ਮੈਂ ਕੈਨੇਡਾ ਜਾ ਰਹੀ ਹਾਂ? ਉਹ ਵੀ ਵੇਖ ਰਿਹਾ, ਇਕੱਲੀ ਜਾ ਰਹੀ ਹੈ ਤੂੰ, ਮੈਨੂੰ ਕਿਉਂ ਨਾ ਲੱਗ ਜਾ ਰਹੀ? ਟਿਕਟ ਲੱਗਦੀ ਹੈ, ਉਹ ਵੀ ਪਤਾ ਨੀ ਕਿੰਨੇ ਲੱਖਾਂ ਦੀ। ਉਹ ਮੈਨੂੰ ਲੈ ਕੇ ਜਾ ਰਹੇ ਆ, ਇੰਨਾ ਥੋੜਾ ਆ। ਇੱਕ ਤਾਂ ਮੈਂ ਕੈਨੇਡਾ ਵੇਖੂੰਗੀ, ਉਹ ਤੋਂ ਮੈਂ ਚਾਰ ਪੈਸੇ ਕਮਾਉਂਗੀ। ਸੱਚੀ ਇੰਨੇ ਚੰਗੇ ਬੰਦੇ ਮੈਂ ਨੀ ਵੇਖੇ ਜ਼ਿੰਦਗੀ 'ਚ। ਪਤਾ ਨੀ ਤੈਨੂੰ ਕਦੋਂ ਸਮਝ ਆਊਗੀ, ਕੋਈ ਚੰਗਾ ਚੰਗਾ ਨੀ ਗਿਆ ਇੱਥੇ। ਜ਼ਿਆਦਾ ਤੋਂ ਚੰਗਾ ਕੀਤਾ ਜਿਹੜਾ ਇਕੱਲੀ ਦਾ ਵੀਜ਼ਾ ਲਵਾਇਆ। 45 ਦਿਨ ਦਾ ਟੂਰ ਹੈ, ਵਧੀਆ ਇੰਜੋਏ ਹੋਊ। ਹੈਲੋ ਯਾਰ, ਮੂੰਹ ਕਿਉਂ ਮਹਿਸੂਸਿਆ ਤੇਰਾ? ਸ਼੍ਰੀ ਸ਼੍ਰੀ ਲੰਕਾ ਜਾਵਾਂਗੇ, ਤੈਨੂੰ ਨਾਲ ਲੈ ਕੇ ਜਾਵਾਂਗੇ ਯਾਰ। ਚੰਗਾ ਜੀ, ਫਿਰ ਮੰਗਿਆ ਜੀ, ਮਿਲਦੇ ਹਾਂ 45 ਦਿਨਾਂ ਤੱਕ। ਚੰਗਾ, ਧਿਆਨ ਰੱਖਿਓ ਆਪਣਾ, ਤੇ ਫਿਕਰ ਨਾ ਕਰਿਓ ਲਾਚੀ, ਤੁਸੀਂ ਪੂਰਾ ਧਿਆਨ ਰੱਖਾਂਗੇ। ਚੰਗਾ, ਖਿਆਲ ਰੱਖੀ ਆਪਦਾ। ਚੰਗਾ, ਆਪਦਾ ਖਿਆਲ ਰੱਖੀ, ਵਧੀਆ ਵਧੀਆ ਗਾਈ। ਤੁਸੀਂ ਵੀ ਆਪਦਾ ਖਿਆਲ ਰੱਖਿਓ, ਤੇ ਬੇਬੇ ਦਾ ਵੀ। ਗਾਜਰਾਂ ਮਟਰ ਬਣਾ ਕੇ ਚੱਲੀਆਂ, ਖਾ ਲਿਓ। ਸੱਚ ਚਾਹੀ ਤੋਂ ਹੱਥ ਨੂੰ ਮਾਰ ਕੇ ਲਿਆ। ਠੀਕ ਹੈ, ਨਹੀਂ ਕੱਟਾਂਗੇ। ਕੈਨੇਡਾ, ਹੁਣ ਤਾਂ ਮੈਂ ਸਰਪੰਚ ਬਣਨਾ। ਕੀ ਦੱਸਾਂ ਜੀ, ਛੋਟਾ ਮੂੰਹ ਵੱਡੀ ਗੱਲ ਜੀ, ਸਰਪੰਚ ਬਣਾਉਣਾ ਹੁਣ ਤੁਹਾਡੇ ਹੱਥ ਹੈ। ਜਿੱਥੋਂ ਤੱਕ ਸਹੂਲਤਾਂ ਦੀ ਗੱਲ ਹੈ, ਕੱਲੀ ਕੱਲੀ ਵੋਟ ਦੀ 500 ਰੁਪਏ ਦੀ ਸਹੂਲਤ, ਠੀਕ ਹੈ ਜੀ? ਲੈ ਚਾਚੀ, ਸਹੂਲਤਾਂ ਦੀ ਕਿਹੜੀ ਗੱਲ ਹੈ? ਮੇਰੀ ਸਹੂਲਤ ਤਾਂ ਇਹੀ ਨੇ, ਜਿੱਥੇ ਕਹਿਣਗੇ ਉੱਥੇ ਹੀ ਵੋਟ ਪਾ ਦੇਵਾਂਗੇ। ਜਿੱਥੋਂ ਤੱਕ ਮੇਰੀ ਵੋਟ ਦੀ ਗੱਲ ਹੈ, ਮੈਂ ਤਾਂ ਅੱਜ ਤੱਕ ਕਦੇ ਵੋਟ ਪਾਈ ਨਹੀਂ, ਮੇਰੀਆਂ ਸਾਰੀਆਂ ਹੀ ਵੋਟਾਂ ਤੇਰੀਆਂ। ਫਿਰ ਤਾਂ ਜੀ ਤੁਹਾਡੀ ਕੱਲਿਆਂ ਦੀਆਂ ਹੀ ਉਂਝ ਵੀ ਵੋਟਾਂ ਹੋ ਗਈਆਂ। ਧੰਨਵਾਦ ਵੀਰ ਜੀ। ਵੀਰ ਜੀ, ਮੇਰੀ ਤਾਂ ਵੋਟ ਹੀ ਨਹੀਂ ਬਣੀ ਅੱਜ ਤੱਕ, ਜੇ ਬਣੀ ਹੁੰਦੀ ਤਾਂ ਪਾਈ ਨਾ ਹੁੰਦੀ। ਗਲਤੀ ਹੋ ਗਈ ਬੜੀ ਵੱਡੀ, ਵੋਟ ਕਿਉਂ ਨਾ ਬਣਵਾਈ ਮੈਂ। ਹੈਲੋ, ਹੈਲੋ ਲਾਚੀ, ਲਾਚੀ ਤੇਰਾ ਫੋਨ ਨਹੀਂ ਲੱਗ ਰਿਹਾ ਸੀ, ਦੋ ਤਿੰਨ ਦਿਨ ਹੋ ਗਏ। ਮੈਂ ਜਹਾਜ਼ ਸੀ, ਤੁਸੀਂ ਸੁੱਤੇ ਨਹੀਂ ਹਲੇ? ਹਾਂ ਨਹੀਂ, ਮੈਂ ਬਸ ਦੁਪਹਿਰ ਇੱਥੇ ਤਾਂ ਅੱਧੀ ਰਾਤ ਹੋਈ ਪਈ ਆ। ਅੱਛਾ, ਇੱਥੇ ਰਾਤ ਹੈ, ਤਾਂ ਹੀ ਕਹਿੰਦੇ ਦੋਨਾਂ ਮੁਲਕਾਂ 'ਚ ਦਿਨ ਰਾਤ ਦਾ ਫਰਕ ਹੈ। ਉਹ ਮੈਂ ਤੁਹਾਨੂੰ ਥੋੜ੍ਹੀ ਦੇਰ 'ਚ ਫੋਨ ਕਰਾਂ, ਉਹ ਅਜੇਪਾਲ ਜੀ ਆਏ ਹੋਏ ਨੇ ਕਮਰੇ 'ਚ। ਇਸ ਵੇਲੇ ਕਿਉਂ? ਉਹ ਫੰਕਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਨਾ, ਤਾਂ ਹੀ ਆਏ ਹੋਏ ਨੇ। ਮੈਂ ਤੁਹਾਨੂੰ ਥੋੜ੍ਹੀ ਦੇਰ 'ਚ ਫੋਨ ਕਰਦੀ ਹਾਂ।
अच्छा ਜੋੜ ਕੇ ਕਿੱਥੇ ਸੁੱਟਾਂ ਤੇਰੇ ਛੱਲੇ ਨੂੰ ਮੈਂ ਤੋੜ ਕੇ ਲਾਇਆ ਕੁੱਲ ਮੈਂ ਹਿਸਾਬ ਜਦੋਂ ਜੋੜ ਕੇ ਤੂੰ ਪਾਪਣੇ ਗਦਾਰ ਨਿਕਲੀ ਸੀ ਮੈਂ ਘੁੱਗੀ ਦੇ ਉੱਡਣ ਤੋਂ ਡਰਦਾ ਤੂੰ ਬਾਜ ਤੋਂ ਡਾਰ ਨਿਕਲੀ ਸੀ ਮੈਂ ਘੁੱਗੀ ਦੇ ਉੱਡਣ ਤੋਂ ਡਰਦਾ ਤੂੰ ਬਾਜ ਤੋਂ ਡਾਰ ਨਿਕਲੀ ਨਹੀਂ ਬਾਈ ਆਪਾਂ ਕੁੜੀ ਨੂੰ ਗਲਤ ਨਹੀਂ ਕਹਿਣਾ ਹੋ ਸਕਦਾ ਭੁੱਲੀ ਹੋਵੇ ਉਹਨੂੰ ਵਿਚਾਰ ਨੂੰ ਫਸਾਇਆ ਜਾ ਰਿਹਾ ਹੋਵੇ ਉਹ ਇੱਥੇ ਕੋਈ ਭੋਲਾ ਭਾਲਾ ਨਹੀਂ ਹੁੰਦਾ ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਆ ਤੁਸੀਂ ਤਾੜੀਆਂ ਤੋਂ ਕੀ ਲੈਣਾ ਤੁਸੀਂ ਆਪਣੇ ਦਰਦ ਭਰੇ ਗਾਣੇ ਸੁਣਾਉਣਾ ਬਾਈ ਕੋਈ ਤਾੜੀਆਂ ਨੇ ਤਾਂ ਜਿਉਂਦੇ ਆ ਮਹਾਰਾਜ ਸਿੰਘ ਲਿਖ ਲਓ ਇਹਦੇ ਚ ਦਰਦ ਸੀਗਾ ਪਰ ਸ਼ਬਦ ਨਹੀਂ ਸੀ ਓਏ ਹੋਏ ਆ ਨਿਕਲਿਆ ਨਗਮਾ ਗੀਤ ਤੇ ਗੀਤਕਾਰੀ ਪਿੰਡ ਕੌਂਕਾ ਤੋਂ ਹੋ ਜਿਹੜੇ ਚਲਾਏ ਰੂਸ ਨੇ ਸਾਨੂੰ ਰਾਕਟ ਮਾਰ ਗਏ ਹੋ ਜਿਹੜੇ ਚਲਾਏ ਰੂਸ ਨੇ ਸਾਨੂੰ ਰਾਕਟ ਮਾਰ ਗਏ ਤੁਫਲਈ ਓਵਰ ਤੋਂ ਦੀ ਹੋ ਗਈ ਨੀ ਸਾਨੂੰ ਫਾਟਕ ਮਾਰ ਗਏ ਸਾਨੂੰ ਨਾਟਕ ਮਾਰ ਕੇ ਨਹੀਂ ਹੋ ਸਕਦਾ ਸੀ ਫੀਲਿੰਗ ਸੈਡ ਔਨ ਮੋਟਰ ਸੈਡ ਔਨ ਮੋਟਰ ਪਤਾ ਕੀ ਗੱਲ ਆ ਬਾਈ ਤੂੰ ਚੱਲ ਕੇ ਆ ਤੈਨੂੰ ਤਾਂ ਦੱਸਦਾ ਮੈਨੂੰ ਅੱਜ ਪਤਾ ਲੱਗਿਆ ਉਹ ਬੰਦਾ ਉਦਣ ਉੱਥੇ ਸ਼ੂਟਿੰਗ 'ਤੇ 2 ਘੰਟੇ ਕਿਹਦੇ ਲਈ ਵੇਟ ਕਰਦਾ ਰਿਹਾ ਉਹ ਬੰਦਾ ਹੀ ਗਲਤ ਹੈ ਤਾਂ ਹੀ ਤਾਂ ਧੱਕੇ ਖਾਂਦਾ ਫਿਰਦਾ ਕੈਨੇਡਾ ਕੋਈ ਫਿਊਚਰ ਹੀ ਨਹੀਂ ਹੈ ਇੱਕ ਨੇਕ ਸਲਾਹ ਦੇਵਾਂ ਬਾਈ ਭਰਜਾਈ ਗਈ ਹੈ ਕੈਨੇਡਾ ਘੈਂਟ ਜਿਹਾ ਫੋਨ ਮੰਗਾ ਲਾ ਕੋਈ ਤੇਰਾ ਜੋ ਵੱਜਦਾ ਉਹ ਤਾਂ ਬਚਾ ਲਾ ਹੈਂ ਕੋਈ ਦਰਦ ਭਰਿਆ ਗੀਤ ਸੁਣਾਵਾਂ ਰਹਿਣ ਦਿਓ ਬਾਈ ਮੈਂ ਘਰ ਜਾ ਕੇ ਸੁਣ ਲੂੰਗਾ ਹੋ ਜੇ ਤੂੰ ਆਪ ਨਹੀਂ ਹੋ ਆਉਣਾ ਡੁੱਬ ਜਾਣੀਏ ਕਨੇਡਾ ਜਾ ਕੇ ਫੋਨ ਭੇਜ ਦੀ ਆਏ ਹਾਏ ਹਾਏ ਉਹ ਮੌਕੇ ਤੇ ਲਿਖਤਾ ਹੋਵੇ ਹਾਏ ਮੈਂ ਮਰ ਜਾ ਕੀ ਹਾਲ ਹੈ ਮੇਰੇ ਲੌਂਗ ਲੈਚੀਆਂ ਦਾ ਪੁੱਤ ਮੇਰੀ ਲਾਚੀ ਨਾਲ ਗੱਲ ਕਰਾ ਮੇਰੇ ਨਾਲ ਖਾਈ ਨਹੀਂ ਮੇਰੀ ਮਿੱਠੀ ਨਾਲ ਹਾਂ ਪੁੱਤ ਕੀ ਹਾਲ ਹੈ ਤੇਰਾ ਬਾਪੂ ਜੀ ਨੇ ਤਾਂ ਨਹੀਂ ਗੱਲ ਕਰਨੀ ਨਹੀਂ ਕਰਨੀ ਤੇ ਮੈਂ ਕਿਹੜਾ ਤਰਸਿਆ ਪਿਆ ਉਹਨੂੰ ਤੂੰ ਤਾਂ ਤਰਸੇ ਪਈ ਨਹੀਂ ਤੇਰੇ ਨਾਲ ਗੱਲ ਕਰਨ ਨੂੰ ਅੱਛਾ ਆ ਰਹੇ ਹੋ ਅੱਛਾ 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 ਗਲਾ ਦਰ ਕਨਿਜਰਸ ਪਨਸ ਦਾ ਤੇਰੀ ਯਾਦ ਨੂੰ ਬਰਫ ਵਾਂਗ ਵਿੱਚ ਖੋਰ ਕੇ ਨੀ ਮੋਟੇ ਸੰਤਰੇ ਦੇ ਮੋਟੇ ਮੋਟੇ ਪੈਗ ਖਿੱਚਦਾ ਨੀ ਮੋਟੇ ਸੰਤਰੇ ਦੇ ਮੋਟੇ ਮੋਟੇ
आई की देख रहे हो, काफी बदली बदली लग रही है ना? हाँ, काफी। वैसे तुसी भी ता काफी बदल गए हो। बदलते गया पर खड़ा उठी हूं। की हाल ने वीर जी? वधिया वधिया प्रधान, बड़ा जची है ना, की गल, व्याह ते चलांगे ते। शो के मेरे शो साढ़े बहुत वधिया, दस लाची कितना दे शो सी अपने? बहुत वधिया सी, उत्थे ते पूरी बल्ले बल्ले सारे पासे लौंग लाची की गोरे की जपानी। एक दो वारी असीं ते इकट्ठे बैठे, सानूं कहिंदे तुसीं इकट्ठे बैठे बहुत सोहणे लगदे, ते इनफैक्ट सानूं फिल्म वी मिली। की ना उहदा पेशदा है, की हाल बना लिया मेरे पिछों? प्रधान, फिल्म का ना वेचदा ही है, मेरे पिछे हाल की बना लिया। तो सर शूट भी मेरे ख्याल 30 दिन कैनेडा ते 15 दिन इत्थे है ना? हाँ सी, फिर जावांगे कैनेडा। ते मुरे शर्ट ताडे तो लेना सी। आंटी की खोले बिरजी। बड़ी खुश लग रही है? कनेडा टूर बहुत ही वधिया रहा, 45 दिन के तो निकले पता नहीं लग गया। तुसी सो जाओ, मैनू हजे नींद नहीं आनी। क्यों, मेरी हुण आदत नहीं रही? ओह, मैनू हुण उत्थों दी आदत हो गई आ, जदों इत्थे रात हुंदी उत्थे दिन हुंदा है ना। पता है मैनू, जदों इधर सूरज छिपदा है उधर जाके चढ़ जांदा है, इधर किसी गरीब के कच्चे जे कोठे पिछे छिपदा, उधर किसी के बागें जाके उस जी कोई जमीर नहीं होती। फिल्म का पहला सीन पिंड मोड़ दिया रूड़िया ते। रूड़िया तो माड़े मोटे बाहर आ जाओ, फिल्म ज्यादा तो ज्यादा कैनेडा शूट करनी आप, उतो दिखना। रूड़िया कनेडा च लै जन्ने अहीं? नहीं, सत श्री अकाल जी, ठीक ठाक हो? असीं बहुत मिस कर रहे सी तुहानूं सारे जणे, सारी रात ही सुते नहीं जी, कुछ खासा पीता भी नहीं, जिस तरह स्क्रिप्ट ते नरेशन चल रही सी तुहाडे वास्ते। अच्छा, तुसीं भुखे रह के की लिखिया आपां सुण सकदे? सर सर फिल्म दा सब तो वधिया सीन कुड़ी मुंडा कनेडा च ने। कनेडा च क्यों जाना है, इधर भी तो हो सकदा ना। कनेडा नहीं जाना, फिर फिल्म बनाने का मकसद की है? चुप करो ना, थानू किसी भी चीज की समझ नहीं, ऐवें बोलते रहने हो। हाँ जी, अत्ता डेली सूट्स आए ने, ते तुसी देख लो थानू केड़ा वधिया लगदा। आ ज्यादा वधिया है पिंक, आई थिंक सो ज्यादा बेटर है पिंक, ज्यादा नहीं नहीं पिंक सूट सी जेड़ा अजय पाल जी कह रहे थे। आ ज्यादा अच्छा लगेगा लाची नु, है ना? बहुत उठता है पिंक, तू ट्राई कर लो देख लो। जे तैनू कोई मेरी चीज पसंद ही नहीं है तो मैं जरूर ना लेके आना सीगा। सवेरे मूहरे शूट ते आ जाओ, अपना किसी फिल्म का नाम वेश दई है, मेरे पिछों हाल की बना लिया। दस गुड बॉय, याद तो है इनू, वेश दई है मेरे पिछों हाल की बना लिया, मूर्त शाट। एक्टिंग ही हो रही है, कर ला एक्टिंग, पर जब तू लकड़ के गुड्डे ना करती सी उस तू घबरा के भज के मेरे को आ गई सी, जे हुण भी घबराहट हुंदी है तू मेरे को आ सकती है, एक बारी मेरे गल आके चल जा फिर पा दे रिंग। अरे यार,
मैं इसका पति हूं। माड़े भाई इज्जत ना माड़ा बाहर लेके जाओ। उन्होंने इज्जत ना क्या है? इज्जत ही हो रही है, नहीं तो असं कुंड के बाहर लेके जाने। मैं मुंह छड़ता मैं चल दरवाजा लवा के घंटी लवा दे, आते जाते तो पता लग जा करो। तुसी अजे सुते नहीं? बैठ। पीतिया मैनू पता तू आना, मैं तेरे रस्ते पकौड़े लिया। बैठ तू। मैं शूटिंग ते भी जाना, काम भी कर रहे हैं। मैं नहीं जानती कितने, मैं नहीं करती कोई काम। काम क्यों छोड़ने? मैं नहीं छोड़ दे, सौखा काम। मैं मां नूं समझा लूंगा कि जिमें अपने को चार दिन कणक के बाद हो जा नहीं ना संभ जाते, अभी तू नहीं संभी गई।
ਕਾਮੇ ਲਈ ਚੱਲੀ ਆ, ਐਵੇਂ ਪਿੰਨੀਆਂ ਬਣਾਈਆਂ। ਲੈ ਜਾ ਨਾਲੇ ਆਪਣੇ ਨਾਲਦਿਆਂ ਨੂੰ ਦੇ ਦੀ, ਨਾਲੇ ਤੂੰ ਖਾ ਲਈ। ਆ ਲੈ ਧੀਏ, ਚੋਣਾਂ ਆਉਣ ਵਾਲੀਆਂ, ਆਪਾਂ ਤੇਰੇ ਨਾਲਦਿਆਂ ਦਾ ਪਿੰਡ ਚ ਖਾੜਾ ਲਵਾਵਾਂਗੇ, ਫੇਰ ਦੇਖੀ ਲੋਕਾਂ ਨੇ ਵੋਟਾਂ ਆਹੀ ਦੇਣੀਆਂ ਆਪਾਂ ਨੂੰ। ਆ ਤੂੰ ਕਿੱਧਰ ਪੰਡ ਚੱਕੀ ਜਾਂਦਾ ਵੇ, ਹੈ ਨਾ? ਜੇ ਇੱਕ ਦਿਨ ਮੱਝ ਨਹੀਂ ਖਾਊਗੀ ਤਾਂ ਕਿਧਰੇ ਤੁਰ ਚੱਲੀ ਆ? ਆ ਕੁੜੀ ਤੁਰੀ ਜਾਂਦੀ ਆ, ਇਹਨੂੰ ਮਿਲ ਲਾ। ਹਾਂ ਦੀਦੀ, ਮਿਲਦਾ ਮੈਂ। ਚੰਗਾ ਧੀਏ, ਚੰਗਾ ਬੇਬੇ। ਕੁੜੇ ਤੂੰ ਤਾਂ ਨੀ ਮਹਿੰਗੇ ਨਾ ਰਾਤ ਘੁੱਟ ਲਾ ਲਈ, ਖਾਧਾ ਪੀਤਾ ਵੀ ਬੇ ਮਹਿੰਗੇ। ਬੇ ਤੂੰ ਬਾਪੂ ਬਣਨ ਵਾਲਾ ਹੈ ਤੇ ਮੈਂ ਦਾਦੀ ਬਣਨ ਵਾਲੀ ਆ। ਆ ਜਾ ਆ ਜਾ ਆਪਣੇ ਘਰੇ, ਖੁਸ਼ੀਆਂ ਖੁਸ਼ੀਆਂ। ਬੇ ਆ ਲੈ ਭਾਈ ਪਿੰਨੀਆਂ, ਜਾ ਕੇ ਸਾਰਿਆਂ ਨੂੰ ਵੰਡ ਦੀ। ਠੀਕ ਹੈ ਜੀ, ਉਹ ਵੀ ਖਾ ਲਈ। ਨਾਲੇ ਦੱਸ ਦੀ ਵੀ ਸਾਡੇ ਘਰ ਤਾਂ ਹੁਣ ਖੁਸ਼ੀਆਂ ਆਉਣ ਵਾਲੀਆਂ। ਜਾ ਮੇਰਾ ਪੁੱਤ। ਚੰਗਾ ਜੀ। ਮੈਂ ਪੁੱਤ, ਮੈਂ ਬਾਣੀਆਂ ਦੀ ਹੱਟ ਤੋਂ ਲੱਡੂ ਲਿਆਵਾਂ। ਬੇਬੇ ਨੂੰ ਗਲਤੀ ਲੱਗੀ ਹੋਵੇ, ਜਾਂ ਕੱਲ ਰਾਤ ਤੁਹਾਡੇ ਹੱਥ ਦੀ ਬਣੀ ਰੋਟੀ। ਬੇਬੇ ਐਡੀ ਛੇਤੀ ਤੂੰ ਫੈਸਲੇ ਲੈ ਲੈਂਦੀ, ਐਡੀ ਤੂੰ ਡਾਕਟਰ, ਹੋ ਸਾਨੂੰ ਕੁਛ ਚੰਗਾ ਮਰਖਣ ਵੀ ਨਾ ਲੋਕ। ਤੈਨੂੰ ਤਾਂ ਸਗੋਂ ਖੁਸ਼ ਹੋਣਾ ਚਾਹੀਦਾ, ਦੋਸਤਾਂ ਮਿੱਤਰਾਂ ਨਾਲ ਪੀ ਪੀ ਕੇ ਹੁਣ ਗੁੱਟ ਹੋਇਆ ਹੁੰਦਾ। ਮੈਂ ਖੁਸ਼ ਕਿਉਂ? ਅੱਜ ਦੀ ਸ਼ੂਟਿੰਗ ਕਰਵਾ ਦੀ, ਕੰਮ ਵਾਲੀ ਕੁੜੀ ਆਓ। ਵਾਹਿਗੁਰੂ ਜੀ, ਇਹਦਾ ਕੁਛ ਨਹੀਂ ਰਹਾ। ਵਾਹਿਗੁਰੂ ਜੀ ਕੀ ਵਾਕਈ ਮੂੰਹ ਪਿੰਡ ਵਾਸੀ ਲਿਆ, ਨਿਆਣਿਆਂ ਨੂੰ ਵੰਡ ਦੂੰਗੀ ਕਿ ਬੀਬੀ ਤੇਜ ਕੌਰ ਦੇ ਘਰੇ ਖੁਸ਼ੀਆਂ ਆਉਣ ਵਾਲੀਆਂ ਨੇ ਤੇ ਖੁਸ਼ੀ ਦੇ ਮੌਕੇ ਤੇ ਉਹ ਗਰੀਬਾਂ ਨੂੰ ਕੰਬਲ ਵੰਡਣ ਲੱਗੇ ਨੇ ਤੇ ਜਿਹੜੇ ਜਿਹੜੇ ਲੋੜਵੰਦ ਨੇ ਉਹ ਸ਼ਾਮ ਨੂੰ ਉਹਨਾਂ ਦੇ ਘਰੋਂ ਕੰਬਲ ਲੈ ਸਕਦੇ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ। ਬੇਬੇ ਪਾਗਲ ਹੋ ਗਈ ਹੈ, ਉਲਟੀ ਨੂੰ ਕਿੱਡਾ ਮੁੱਦਾ ਬਣਾਇਆ। ਭਾਜੀ ਘਰ ਚ ਕੋਈ ਨਵਾਂ ਜੰਮਿਆ ਬੱਚਾ ਜਾਂ 5 ਸਾਲ ਤੋਂ ਛੋਟਾ ਬੱਚਾ ਹੈ ਪੋਲੀਓ ਡ੍ਰੌਪਸ ਪਿਆਉਣ ਲਈ? ਨਹੀਂ ਹੈਗਾ ਕੋਈ ਬੱਚਾ ਘਰ ਚ, ਘਰਾਂ ਚ ਬੱਚੇ ਲੱਭਦੇ ਫਿਰਦੀਆਂ ਉਹ, ਆ ਜਿਹੜੇ ਗਲੀਆਂ ਹੀ ਤੁਰੇ ਫਿਰਦੇ ਇਹਨਾਂ ਤੱਕ ਪੋਲੀਓ ਬੂੰਦਾ ਪਿਆ ਦੋ। ਕਿਵੇਂ ਤੱਪਿਆ ਫਿਰਦਾ? ਹੈਲੋ, ਬਧਾਈਆਂ ਜੀ ਤੁਹਾਨੂੰ ਬਹੁਤ ਬਹੁਤ। ਸਾਡੇ ਤਾਂ ਜੀ ਇੱਥੇ ਖੁਸ਼ੀਆਂ ਦਾ ਮਾਹੌਲ ਬਣਿਆ ਪਿਆ, ਸਾਰੇ ਬਹੁਤ ਖੁਸ਼ ਆ, ਨੱਚੀ ਟੱਪੀ ਜਾਂਦੇ ਬਾਹਰ। ਤੇ ਤੁਸੀਂ? ਮੈਂ ਤਾਂ ਖੁਸ਼ ਹੋਣਾ ਹੀ ਆ ਜੀ। ਤੁਸੀਂ? ਮੈਂ ਵੀ ਬਹੁਤ ਖੁਸ਼ ਹਾਂ। ਸਮਝ ਨਹੀਂ ਆ ਰਿਹਾ ਸੰਭਾਲਾਂ ਕਿਵੇਂ, ਬੱਚਾ ਵੀ ਜ਼ਰੂਰੀ ਹੈ ਤੇ ਕੰਮ ਵੀ। ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ, ਮੈਂ ਤੁਹਾਡੇ ਨਾਲ ਹੀ ਹਾਂ। ਮੈਨੂੰ ਪਤਾ ਸੀ ਤੁਸੀਂ ਮੈਨੂੰ ਸਮਝੋਗੇ। ਕੋਈ ਨਾ ਜੀ, ਮੈਂ ਦੇਖਦਾ। ਚੰਗਾ ਜੀ। ਇੱਧਰ ਆ, ਇੱਧਰ ਆ, ਇੱਧਰ ਆ ਮੇਰੇ ਕੋਲ ਆਦੇ।
ਵੱਡਾ ਚਿੱਚਾ ਲੁਕ ਲੁਕ ਇਮਲੀ ਖਾਂਦੀ ਹੈ। ਮੈਨੂੰ ਪਤਾ ਸੀ ਮੈਂ ਸੱਚੀ ਹਾਂ, ਇਸੇ ਲਈ ਮੈਂ ਇਹਦਾ ਪੂਰਾ ਧਿਆਨ ਰੱਖਿਆ। ਤੂੰ ਬਾਪੂ ਬਣਨ ਵਾਲਾ ਹੈ ਨਾ ਲੱਸੀ? ਹਾਂਜੀ। ਅਜੇ ਨਹੀਂ ਲਾਉਣੀ, ਜਦੋਂ ਆਪਣੀ ਕੁੜੀ ਹੋ ਗਈ ਉਹਨੂੰ ਦੇਵਾਂਗੇ। ਬਸ ਹੁਣ ਹੋਰ ਮੂਰਖ ਨਾ ਬਣਾ, ਆਪਣੀ ਤੁਹਾਡੀ ਕੁੜੀ। ਬੱਚਾ ਵੀ ਜ਼ਰੂਰੀ ਹੈ, ਕੰਮ ਵੀ ਜ਼ਰੂਰੀ ਹੈ। ਕਿਹਦੇ ਨਾਲ ਸਲਾਹ ਹੋ ਰਹੀ ਸੀ ਮੈਨੂੰ ਪਤਾ ਨਹੀਂ। ਵੱਡੇ ਘਰ ਦਾ ਮੁੰਡਾ, ਤੁਹਾਡੇ ਦੋਨਾਂ ਦੇਖੋ ਕੰਮ ਕੈਨੇਡਾ, ਉਹ ਮੈਂ ਇੱਥੇ ਖੜਾ ਉਡੀਕਦਾ ਰਹਿ ਗਿਆ। ਤੂੰ ਵਾਪਸੀ ਨਹੀਂ ਆਈ, ਤੁਸੀਂ ਮੈਨੂੰ ਗਲਤ ਸਮਝੋ। ਹੁਣ ਹੋਰ ਨਾਟਕ ਨਾ ਕਰ, ਮੈਂ ਤੂੰ ਨਹੀਂ ਸਹਿਣੇ। ਤੇਰੀਆਂ ਸਸਤੀਆਂ ਖੁਸ਼ੀਆਂ ਮੈਨੂੰ ਬਹੁਤ ਮਹਿੰਗੀਆਂ ਪੈਗੀਆਂ। ਜਾ ਮਿਲਣੇ, ਆਪਦੇ ਘਰੇ ਚਲੀ ਜਾ, ਨਿਬੜ ਗਿਆ ਵਿਆਹ ਹੁਣ। ਮੇਰੀ ਗੱਲ ਤਾਂ ਚਲੋ, ਮੈਂ ਉਹ ਤੂੰ ਜਾ ਮੈਨੂੰ ਭੁੱਲਦੀਆਂ ਨੀ ਉਹ ਗੱਲਾਂ ਜੋ ਤੂੰ ਕਹੀਆਂ ਸੀ, ਹਾਲੇ ਕਿੰਨੀਆਂ ਚੀਜ਼ਾਂ ਅੱਧ ਵਿੱਚ ਕਾਰੇ ਪਈਆਂ ਸੀ। ਮੈਨੂੰ ਭੁੱਲਦੀਆਂ ਨੀ ਉਹ ਗੱਲਾਂ ਜੋ ਤੂੰ ਕਹੀਆਂ ਸੀ, ਹਾਲੇ ਕਿੰਨੀਆਂ ਚੀਜ਼ਾਂ ਅੱਧ ਵਿੱਚ ਕਾਰੇ ਪਈਆਂ ਸੀ ਮੇਰਿਆਂ ਹੱਥਾਂ ਦੇ ਵਿੱਚ। ਕੁੜੀ ਠੀਕ ਹੈ ਜੀ? ਹਾਂਜੀ ਹਾਂਜੀ ਠੀਕ ਹੈ ਜੀ, ਘਬਰਾਉਣ ਵਾਲੀ ਕੋਈ ਗੱਲ ਨਹੀਂ। ਤੇ ਬੱਚਾ? ਬੱਚਾ ਕੁੜੀ ਪੇਟ ਤੋਂ ਹੈ ਨਾ ਜੀ? ਨਹੀਂ ਜੀ, ਐਸੀ ਤਾਂ ਕੋਈ ਗੱਲ ਨਹੀਂ ਹੈ। ਮੇਰਾ ਮਨ ਤੁਹਾਡੇ ਤੋਂ ਪਹਿਲਾਂ ਹੀ ਪਿੰਡ ਪਹੁੰਚ ਗਿਆ ਸੀ, ਪਰ ਵੱਡੇ ਲੋਕ ਸੀ, ਮੈਂ ਇੱਕਦਮ ਕੰਮ ਨੂੰ ਮਨਾ ਕਿਵੇਂ ਕਰ ਦਿੱਤੀ। ਜਦੋਂ ਮਨ ਪੱਕਾ ਕਰ ਲਿਆ ਮੈਂ ਤੁਹਾਡੇ ਕੋਲ ਆ ਗਈ, ਪਰ ਤੁਸੀਂ ਮੈਨੂੰ ਵਾਪਸ ਜਾਣ ਨੂੰ ਕਹਿਤਾ। ਸੋਚੇ ਕੋਈ ਬਹਾਨਾ ਬਣਾ ਲੈਂਦੀ ਹਾਂ ਜੀ, ਸਿਰ ਦੁਖਤੀ ਦੀ ਐਕਟਿੰਗ ਕਰਦੀ ਵੱਧ ਤੋਂ ਵੱਧ ਦੋ ਦਿਨ। ਐਕਟਿੰਗ ਥੋੜੀ ਲੰਬੀ ਸੋਚ ਲਈ, ਇਹਦੇ ਚ ਕਾਨੂੰਨ ਵੀ ਕੁਛ ਨਹੀਂ ਕਰ ਸਕਦਾ ਸੀ।
मैनू बहुत गुस्सा आया जो तुम मेरे ते शक किया ते साडी धी दी तरी माफ कर दो मैं अपनी एक्टिंग झुलझ गई थी तेरी एक्टिंग ने मरवाना सब एकदम कोई जरूरत नहीं कर एक्टिंग करने आज तुम्हें जड़ी एक्टिंग करनी है बाहर जाके कर तुसी मेरे अपने प्यार च पा लिया नहीं एक्टिंग करनी मैं भी प्यार च पा लिया बाकी तेन मैं अपने प्यार च पा लिया ओ भाई घरे चल जाओ घरे चल जाओ घरे भाई हाँ जी करिए शुरू फिर मैं नहीं बोलना जी एक ही लाइन है जी प्लीज बोल दो साड़ी फिल्म पूरी हो जानी सी एडा तामा जामा लेके आए हैं असीं सानू पता तुहाडी हालत नहीं ठीक पर एक ही लाइन है जी जे प्लीज कर दियो भाई कहते यार हाँ हालत तो नहीं ठीक है पर एक अद्धी लाइन तो बोल ही सकती ना गरीबां दी फिल्म पूरी हो जाएगी हाँ ठीक है पहला तुसी एक काम करो अजय पाल जी नू इज्जत नाल बाहर लेके जाओ ਉਹਦੇ ਚ ਦੋ ਬੰਦੇ ਲੱਗਦੇ ਆ ਠੀਕ ਹੈ ਇੱਕ ਧੱਕਾ ਮਾਰ ਦੋ ਧੱਕਾ ਇਹੋ ਜਿਹੀ ਹਾਲਤ ਚ ਕੁਛ ਵੀ ਕਹਿ ਸਕਦੇ ਹੋ ਭਲੇ ਮਾਨਸ ਬੰਦੇ ਕਿਉਂ ਲਾਚੀ ਨਾਲੇ ਵੀਰੇ ਵੀ ਆਏ ਆ ਹਾਂਜੀ ਦੱਸੋ ਕੀ ਲੈਣਾ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਆ ਕੁਛ ਹੋਰ ਨਹੀਂ ਹੋ ਸਕਦਾ ਬੱਚੇ ਦੀ ਚਾਚੀ ਬਣਨ ਵਾਲੀ ਹੈ ਬੱਚੇ ਦੀ ਤਾਈ ਬਣਨ ਵਾਲੀ ਹੈ ਬਈ ਯਾਰ ਕਹਿ ਦੇ ਇੱਕ ਹੀ ਡਾਲ ਗਾ ਜੀ ਬੋਲ ਦੇ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਐਟੀਟਿਊਡ ਥੋੜਾ ਜਿਹਾ ਘੱਟ ਕਰ ਲਓ ਬੱਚੇ ਦੇ ਪਿਓ ਨਹੀਂ ਬਣਨ ਵਾਲੇ ਬੱਚੇ ਦੀ ਮਾਂ ਬਣਨ ਵਾਲੇ ਆ ਥੋੜਾ ਜਿਹਾ ਸਹੀ ਕਰੋ ਅੱਛਾ ਜੀ ਜੀ ਹਾਲ ਤੇ ਕੀ ਹੋ ਜਾ ਬੋਲਣਾ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਮੈਨੂੰ ਤਾਂ ਪਹਿਲੇ ਪਤਾ ਸੀ ਵੀ ਇਹ ਬੱਚੇ ਦੀ ਮਾਂ ਬਣਨ ਵਾਲੀ ਹੈ ਉਹ ਤਾਂ ਡਾਕਟਰੀ ਨੇ ਐਵੇਂ ਝੂਠ ਬੋਲਤਾ ਉਹ ਮੇਰੇ ਬੱਚੇ ਦੀ ਮਾਂ ਨਹੀਂ ਬਣਨ ਵਾਲੀ ਉਹ ਸ਼ੂਟਿੰਗ 'ਚ ਮਾਂ ਬਣਨ ਵਾਲੀ ਹੈ ਤੇਰੇ ਬੱਚੇ ਦੀ ਮਾਂ ਨਹੀਂ ਬਣਨ ਵਾਲੀ ਨਹੀਂ 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 ਮੇਰੇ ਬੱਚੇ ਦੀ ਮਾਂ ਵੀ ਬਣਨ ਵਾਲੀ ਹੈ ਹਾਂ ਸ਼ੂਟਿੰਗ 'ਚ ਵੀ ਮਾਂ ਬਣਨ ਵਾਲੀ ਹੈ ਥਾਂ ਥਾਂ ਮਾਂ ਬਣੇਗੀ ਨਾ ਮੈਂ ਚਲੋ ਮੌਕਾ ਵੀ ਹੈ ਬਾਈ ਦਸਤੂਰ ਵੀ ਹੈ ਹੋਰ ਦਾ ਟਾਈਮਿੰਗ ਜਿਵੇਂ ਫਰੈਸ਼ ਗਾਣਾ ਸੁਣਾਓ ਜੇ ਸੁਣਨਾ ਸੁਣਾ ਦੇ ਸੁਣਾ ਦੇ ਲੋਕਾਂ ਨੇ ਮਸ਼ੂਕ ਰੱਖੀ ਹੋਣੀ ਹੈ ਪਿੱਤਰਾਂ ਨੇ ਮੁੱਛ ਰੱਖੀ ਆ ਮੋਟਲੀ ਚਾਰ ਵੀ ਨਹੀਂ ਹੋਈ ਕਿੰਨੇ ਟਾਈਮ ਦੀ ਆ ਜਾਓ ਆਪਦੀ ਫੋਟੋ ਕਮਾ ਲਈ ਵੀ ਤੁਹਾਡੇ ਵਾਲੀ ਐਂ ਕਰੋ ਮੈਂ ਸਟੇਟਸ ਕਰੋ ਐਂ ਜਾਓ ਡੁੱਬ ਕੇ ਮਰ ਜਾਓ ਹਾਣ ਦਿਓ ਤੁਸੀਂ ਕਰਮਾਂ ਚ ਹੈ ਨੀ ਜਿਨ੍ਹਾਂ ਦੇ ਨਾਲੇ ਭੇਜੋ ਮਾਈਦਾ ਲਾਲ ਕੋਈ ਸਾਡੇ ਹਿੱਕ ਤੇ ਵਧੇ ਤਿੰਨਾਂ ਦੇ ਨਾ ਜੀ ਕਹਾਣੀ ਵਧਾਉਣੀ ਚਾਹੀਦੀ ਜੀ ਪੈਸਾ ਮੈਂ ਕੀ ਜੀ ਪੈਸਾ ਮੈਂ ਤਾਂ ਨੱਚ ਗਲ ਕੇ ਮਾਲੀ ਦਿਆ ਡਾਇਰੈਕਟਰ ਨੂੰ ਚੰਗਾ ਚਾਹੀਦਾ ਜੀ ਉਹ ਸੰਜੇ ਸਿੰਘ ਤਾਂ ਮਸਾਲੀ ਨਾ ਜੀ ਹਾਂਜੀ ਉਹਨਾਂ ਤਿੰਨ ਵਰਗਾ ਕੋਈ ਚਾਹੀਦਾ ਜੀ ਹਾਂਜੀ ਮੈਂ ਕੋਸਟਿਊਮ ਓਕੇ ਇਹ ਥੋੜਾ ਮੈਲਾ ਜਾ ਨਹੀਂ ਲੱਗਦਾ ਨਹੀਂ ਐਕਚੁਅਲੀ ਮੈਂ ਦੰਗਿਆਂ ਵਾਲੇ ਸੀਨ ਦੇ ਨੇ ਅੱਛਾ ਫਿਰ ਠੀਕ ਆ ਜੀ ਅੱਛਾ ਦੰਗਿਆਂ ਵਾਲੇ ਸੀਨ ਅੱਜ ਹੈ ਹਾਂਜੀ ਸਰ ਇੱਕ ਗੱਲ ਦੱਸਾਂ ਕਾਸ਼ ਅਸੀਂ ਉਦੋਂ ਜੰਮੇ ਹੁੰਦੇ ਜਦੋਂ ਦੋਨੋਂ ਪੰਜਾਬ ਇੱਕ ਹੁੰਦੇ ਸੀ ਲਾਹੌਰੋਂ ਅੰਮ੍ਰਿਤਸਰ ਆਉਣ ਲਈ ਵੀਜ਼ਾ ਨਹੀਂ ਚਾਹੀਦਾ ਸੀ ਬਸ ਕੋਈ ਬਹਾਨਾ ਚਾਹੀਦਾ ਸੀ ਤੁਸੀਂ ਕੋਈ ਹੋਰ ਧਰਮ ਦੇ ਹੁੰਦੇ ਮੈਂ ਕਿਸੇ ਹੋਰ ਧਰਮ ਦੀ ਸਿਰਫ ਆਪਾਂ ਨੂੰ ਪਿਆਰ ਹੋ ਜਾਂਦਾ ਬਸ ਮੈਂ ਥੱਕ ਗਿਆ ਪਿਆਰ ਦੀ ਐਕਟਿੰਗ ਕਰ ਕਰਕੇ ਹੁਣ ਤੂੰ ਮੈਨੂੰ ਕਹੇਂਗੇ ਉਦੋਂ ਤਾਂਗਾ ਬਣਨਾ ਮੈਂ ਨਹੀਂ ਮੂੰਹ ਨਾਲ ਟੁੱਕ 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 ਕਰਨੀ ਨਹੀਂ ਨਹੀਂ ਇਹਦੇ 'ਚ ਆਪਾਂ ਜ਼ਿਆਦਾ ਲੰਬੀ ਐਕਟਿੰਗ ਨਹੀਂ ਕਰਨੀ ਸੀ ਜਿਵੇਂ ਸਾਨੂੰ ਪਿਆਰ ਹੁੰਦਾ ਹੈ ਸਿਰ ਡਾਲਿਆ ਜਾਂਦਾ ਹੈ
दंगे होंगे थोन वढ़ देंगे फिर मेरा विआह मेरे अपने धर्म च हो जाता है आदाब मैं भूल गई मैं भी वढ़ देंगे तेन पर तो चाचे भी वढ़ते होने साडा मुंडा मरवा के अपनी घर करती फिरती है मैं किधर धर्म का बनना चिट्टी काली वेखली